ਉੱਥੇ ਗੁਆਂਢਣ ਵਾਲੇ ਇੱਕ ਜਾਤ ਦੀ ਚੰਗੜੀ ਉਹਨੇ ਬੜੀ ਸਾਨੂੰ ਗਾਲ ਕੱਢੀ। ਔਂਤਰੇ ਕੰਜਰ ਕੁੱਤੇ ਬਰਮਾਸ਼ ਵੇਖੋ ਅੰਨੇ ਹੋ ਗਏ, ਮੇਰੀਆਂ ਮੱਝਾਂ ਅੰਨੀਆਂ ਕਰਦੀ ਇਹਨਾਂ ਧੂੰ ਪਾ ਪਾ ਕੇ ਪਾਕਿਸਤਾਨ ਦਾ ਮਾਹੌਲ ਜ਼ਿਆਦਾ ਵਿਗੜ ਗਿਆ। ਅਤੇ ਅਸੀਂ ਅੱਖ ਪੁੱਟ ਕੇ ਨਹੀਂ ਵੇਖਿਆ ਉਹਦੇ ਵੱਲੋਂ ਕਿ ਇਹਨਾਂ ਦਾ ਤੇਜ ਤਪ ਜ਼ਿਆਦਾ ਵਾ, ਇਹ ਸਾਨੂੰ ਮਰਵਾ ਨਾ ਦੇ। ਕਿਤੇ ਕਦੇ ਕਦੇ ਗਏ, ਮਾਹੌਲ ਵਿਗੜ ਗਿਆ। ਦਿਨ ਦੇ ਡੋਢੇ ਵੇਲੇ 4 ਵਜੇ ਆ, ਇਹ ਗੋਲੀ ਚੱਲ ਪਈ, ਕੜਕ ਕੜਕ ਮੱਥੇ ਲਾ ਕੇ ਗੋਲੀਆਂ ਵੱਜੀਆਂ। ਇਹ ਬਜ਼ੁਰਗ ਮੇਰੇ ਨਾਲ ਵਾ, ਉਹ ਕਹਿੰਦਾ ਕਾਕਾ ਉੱਠ ਕੇ ਅੰਦਰ ਹੋ ਜਾ, ਮੇਰੇ ਮਗਰ 16 ਬਾਲਟੇ ਦਾਣਿਆਂ ਦੇ ਪਏ ਹੋਏ ਆ ਭੁੰਨਣ ਵਾਲੇ, ਜਿਹੜੇ ਭੁੰਨਣੇ ਆ। ਅਤੇ ਲੋਕ ਕਹਿੰਦੇ ਸੀ ਵੀ ਕਿਸੇ ਰਾਜ ਖਾ ਲਾਉਂਦੇ। ਉਹ ਜਾਇਦਾਦ ਮਿਲਿਆ ਮੈਨੂੰ, ਕਹਿਣ ਲੱਗਾ ਵੇਖ ਦਾਣੇ ਨਾ ਕਿਸੇ ਦੇ ਭਰਾਈ ਮੋੜ ਕੇ ਮੇਰੇ ਕੋਲੋਂ ਬਾਲਣ ਜਿੰਨਾ ਖਾਣਾ ਲੈ ਜਾ। ਅਤੇ ਪਹਿਲਾ ਪਰਾਗਾ ਪਾਇਆ ਜੀ ਅਤੇ ਗੋਲੀ ਚੱਲ ਪਈ। ਉਹ ਮੈਨੂੰ ਕਹਿੰਦਾ ਵਾ ਉੱਠ ਕੇ ਕਾਕਾ ਅੰਦਰ ਹੋ ਜਾ। ਮੈਂ ਕੀ ਹੋ ਗਿਆ? ਕਹਿੰਦਾ ਹੋਣਾ ਕੀ ਆ, ਫੈਰਿੰਗ ਖੁੱਲ੍ਹ ਗਿਆ। ਇਹ ਗੱਲ ਹੈ, ਯਾਦ ਨਹੀਂ ਆਉਂਦਾ, ਪਰ ਮੈਂ ਸੁਖਨੇ 'ਚ ਉੱਥੇ ਫਿਰਦਾ ਰਹਿਣਾ ਪਿੰਡ ਆਪਣੇ। ਅੱਛਾ ਜੀ। ਆਪਣੀ ਦੁਕਾਨ 'ਤੇ ਵੀ ਗਿਆ ਜਿੱਥੋਂ ਆਇਆ ਵਾਂ, ਉੱਥੇ ਦੇਖਿਆ ਮੈਂ ਖਾਲੀ ਦੁਕਾਨ ਵਾ, ਅਤੇ ਵਿੱਚ ਵਹਿੰਗੀਆਂ 2 ਪਈਆਂ ਹੋਈਆਂ, ਇੱਕ ਐਪ ਨੇ ਖੜ੍ਹੀ ਐਪ ਨੇ। ਸੁਖਨੇ 'ਚ ਮਨ ਭੱਜਿਆ ਫਿਰਦਾ, ਪਰ ਆ ਮਨ ਉਸਦਾ ਅੱਧਣੇ ਨਹੀਂ ਜਾਣੇ। ਹਾਂਜੀ, ਮੈਂ ਅੱਜ ਆਇਆ ਜੀ ਪਿੰਡ ਘੁਮਾਣਾ ਵਿੱਚ। ਬੜੀ ਦੇਰ ਦੀ ਇਹ ਖਾਹਿਸ਼ ਸੀਗੀ ਕਿ ਇਸ ਪਿੰਡ ਨੂੰ ਵੇਖਾਂ, ਕਿਉਂਕਿ ਇਸ ਪਿੰਡ ਨੇ 2 ਬਹੁਤ ਮਹਾਨ ਸ਼ਖਸੀਅਤਾਂ ਨੂੰ ਇੱਥੇ ਵਿਚਰਦੇ ਵੇਖਿਆ। ਇੱਕ ਤਾਂ ਬਾਬਾ ਜੈਮਲ ਸਿੰਘ ਜੀ, ਰਾਧਾ ਸਵਾਮੀ ਮਿਸ਼ਨ ਵਾਲੇ, ਜਿਨ੍ਹਾਂ ਦਾ ਜਨਮ ਇੱਥੇ ਹੋਇਆ, ਉਹਨਾਂ ਦਾ ਜੱਦੀ ਪਿੰਡ ਇਹ ਸੀਗਾ ਜੀ, ਉੱਥੇ ਸ਼ੁਰੂਆਤ ਹੋਈ ਉਸ ਡੇਰੇ ਦੀ। ਅਤੇ ਦੂਜੇ ਭਗਤ ਬਾਬਾ ਨਾਮਦੇਵ ਜੀ ਵੀ ਇਸ ਪਿੰਡ ਨਾਲ ਵਾਵਸਤਾ ਰਹੇ, ਇੱਥੇ ਉਹਨਾਂ ਨੇ ਭਗਤੀ ਕੀਤੀ। ਸੋ ਇਹ ਧਰਤੀ ਜਿਹੜੀ ਆ, ਇਸ ਪਿੰਡ ਦਾ ਜਿਹੜਾ ਇਤਿਹਾਸ ਆ ਬਹੁਤ ਮਹਾਨ ਆ। ਔਰ ਅੱਜ ਮੈਂ ਇੱਥੇ ਆਇਆ ਜੀ, ਪਵਨ ਜੀ ਹੁਣੇ ਮੈਨੂੰ ਫੋਨ ਕੀਤਾ ਕਿ ਇੱਕ ਬਜ਼ੁਰਗ ਨੇ 105 ਸਾਲ ਦੇ, ਅਤੇ ਉਹਨਾਂ ਨੂੰ ਅਸੀਂ ਰਿਕਾਰਡ ਕਰਨਾ। ਸੋ ਅੱਜ ਉਹ ਦਿਨ ਆਇਆ ਜੀ, ਅਸੀਂ ਰਿਕਾਰਡ ਕਰ ਰਹੇ ਹਾਂ ਬਾਬਾ ਜੀ ਨੂੰ, ਕਿਉਂਕਿ ਕੋਈ ਕੋਈ 100 ਸਾਲ ਟੱਪਦਾ, ਅਤੇ ਬਜ਼ੁਰਗ ਤਾਂ ਵੈਸੇ ਹੀ ਸਾਡਾ ਖਜ਼ਾਨਾ ਨੇ, ਅਤੇ ਇਸ ਖਜ਼ਾਨੇ ਨੂੰ ਫਰੋਲਣ ਲਈ, ਇਸ 'ਚੋਂ ਕੁਛ ਲੱਭਣ ਲਈ ਮੈਂ ਇੱਥੇ ਪਹੁੰਚਿਆ ਜੀ। ਲਓ ਜੀ, ਕਰਦੇ ਹਾਂ ਗੱਲਬਾਤ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਜੀ ਆਪਣਾ? ਮਨਸ਼ੀ ਰਾਮ। ਸਰ ਬਾਬਾ ਜੀ, ਉਮਰ ਬਾਰੇ ਦੱਸੋ, ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਉਮਰ ਪਹਿਲੇ ਤੁਸੀਂ ਇਕੱਠੇ ਕਰੋ, ਪਾਕਿਸਤਾਨ ਬਣਿਓ ਕਿੰਨਾ ਚਿਰ ਹੋਇਆ? 76-77 ਸਾਲ ਹੋ ਗਿਆ ਜੀ। 77 ਸਾਲ ਹੋ ਗਏ? 77, ਹਾਂਜੀ। ਅਤੇ 30 ਸਾਲ ਹੋਰ ਪਾ ਲਓ ਵਿੱਚ। ਵਾਹ ਜੀ, 107 ਸਾਲ ਜੀ। ਹੈਂਜੀ, 107 ਸਾਲ ਹੋ ਗਿਆ ਜੀ। 107 ਸਾਲ ਉਮਰ ਹੈ। ਵਾਹ ਜੀ ਵਾਹ। ਤੁਸੀਂ 30 ਸਾਲ ਦੇ ਸੀ ਜਦੋਂ ਪਾਕਿਸਤਾਨ ਬਣਿਆ? ਹਾਂ, 30 ਸਾਲ ਦੇ। ਵਾਹ ਜੀ ਵਾਹ, ਬਹੁਤ ਵਧੀਆ ਗੱਲ ਜੀ। ਅਤੇ ਬਾਬਾ ਜੀ ਤੁਸੀਂ ਕਿੱਥੇ ਸੀ ਜਦੋਂ ਪਾਕਿਸਤਾਨ ਬਣਿਆ? ਪਾਕਿਸਤਾਨ 'ਚੋਂ ਸਾਡਾ ਪਿੰਡ ਵੇਖਣਾ ਕਿ ਜਾਂ ਜਿੱਥੇ ਕੰਮ ਕਰਦਾ ਉਹ ਵੇਖਣਾ? ਪਹਿਲਾਂ ਪਿੰਡ ਦੱਸ ਦਿਓ। ਪਿੰਡ ਸਾਡਾ ਹੈਗਾ ਜੀ ਬੁੱਟਰ ਪਿੰਡ ਦਾ ਨਾਂ, ਜ਼ਿਲ੍ਹਾ ਸਿਆਲਕੋਟ, ਤਹਿਸੀਲ ਬਸਰੂਰ, ਥਾਣਾ ਫਲੌਰ ਜੀ। ਵਾਹ ਜੀ ਵਾਹ। ਅੱਛਾ, ਤੁਸੀਂ ਬੁੱਟਰ ਪਿੰਡ ਦੇ ਹਾਂ? ਪਿੰਡ ਬੁੱਟਰ ਦਾ ਸਾਡਾ ਪਿੰਡ। ਵਾਹ ਜੀ ਵਾਹ, ਠੀਕ ਆ। ਤੁਸੀਂ ਜੱਦੀ ਪੁਸ਼ਤੀ ਉੱਥੇ ਦੇ ਸੀ? ਜਨਮ ਸਾਡਾ ਉੱਥੇ ਦਾ ਜੀ। ਜੀ ਜੀ ਜੀ। ਤੁਸੀਂ ਇੱਧਰੋਂ ਨਹੀਂ ਗਏ ਸੀ, ਤੁਸੀਂ ਸਦੀਆਂ ਤੋਂ ਉੱਥੇ ਰਹਿੰਦੇ ਸੀਗੇ? ਮੈਂ ਸਾਡਾ ਜਨਮ ਉੱਥੇ ਦਾ, ਉੱਥੇ ਦਾ ਆ, ਪਾਕਿਸਤਾਨ ਦੇ ਜਨਮ ਦਾ। ਅੱਛਾ ਜੀ। ਤੁਹਾਡਾ ਨਾਮ ਅਤੇ ਤੁਹਾਡੇ ਪਿਤਾ ਜੀ ਦਾ ਕੀ ਨਾਮ ਜੀ? ਪਿਤਾ ਰਘੂ ਰਾਮ ਜੀ। ਜੀ। ਤੁਹਾਡੇ ਬਜ਼ੁਰਗ ਕੀ ਕੰਮ ਕਾਰ ਕਰਦੇ ਸੀ ਉੱਥੇ? ਮੈਂ ਕੀ ਪਿਤਾ? ਤੁਹਾਡੇ ਪਿਤਾ ਜੀ? ਪਿਤਾ ਜੀ ਕੁਜਰਾਂ ਵਾਲੇ ਕੰਮ ਕਰਦੇ, ਮੁਰਮੁਰਾ ਬਣਾ ਕੇ ਵੇਚਣਾ। ਮੁਰਮੁਰਾ, ਠੀਕ। ਕੁਜਰਾਂ ਵਾਲੇ ਸ਼ਹਿਰ 'ਚ। ਜੀ 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 ਜੀ। ਮੁਰਮੁਰਾ ਬਣਾ ਕੇ ਵੇਚਦੇ ਸੀ, ਠੀਕ ਹੈ ਜੀ। ਅਤੇ ਬਾਬਾ ਜੀ ਪਿੰਡ ਕਿੱਡਾ ਕੁ ਸੀਗਾ ਉਹ ਬੁੱਟਰ ਪਿੰਡ? ਪਿੰਡ ਸਾਡਾ ਹੈਗਾ ਵਾ ਦੁੜਿਆਣਾ ਪਿੰਡ ਲਾਗੇ ਕੋਲ, ਜਿੱਦਾਂ ਇਹ ਪਿੰਡ ਆਪਣਾ ਦੇਖ ਲਓ ਘੁਮਾਣ ਜੀ, ਇੱਕ ਕੌੜੇ ਹੈਗੇ ਆ, ਇਹ ਸ਼ਕਲ ਸਾਡਾ ਪਿੰਡ ਆ। ਇਹ ਬੜਿਆਣਾ ਵਾ, ਉਹ ਸਾਡਾ ਪਿੰਡ ਵਾ ਜਿਹੜਾ 14 ਕੁ ਜਾਂ ਕੌੜੇ ਆ, ਬੁੱਟਰ ਉਹਦਾ ਨਾਮ, ਬੁੱਟਰ ਵਾ, ਛੋਟਾ ਜਿਹਾ ਪਿੰਡ ਵਾ। ਅੱਛਾ ਅੱਛਾ ਅੱਛਾ।
ਛੋਟਾ ਜਿਹਾ ਪਿੰਡ ਹੈ ਉਹ। ਤੇ ਲੰਬੜਦਾਰ ਕਿੰਨੇ ਸੀ ਉਸ ਪਿੰਡ ਦੇ? ਲੰਬੜਦਾਰ ਦੋ ਸੀ ਹੈਗੇ। ਨਾਂ ਦੱਸ ਦਿਓ ਉਹਨਾਂ ਦੇ। ਇੱਕ ਦਿਨ ਆਦ ਮੂਲਿਆ ਲੰਬੜਦਾਰ ਜੀ, ਦੂਸਰੇ ਦਾ ਨਾਂ ਹੈਗਾ ਵਾ ਨੱਥੂ ਲੰਬੜਦਾਰ ਜੀ। ਅਤੇ ਬਾਬਾ ਜੀ ਮੁਸਲਮਾਨ ਵੀ ਸੀਗੇ ਉਸ ਚੱਕ 'ਚ? ਨਹੀਂ, ਦੋਵੇਂ ਹਿੰਦੂ ਆ। ਅੱਛਾ, ਵੈਸੇ ਮੁਸਲਮਾਨ ਵੱਸਦੇ ਸੀ ਪਿੰਡ 'ਚ? ਵਾਸੀ ਆ, ਮੁਸਲਮਾਨ ਹੈਗੇ ਪੰਜਾਰ। ਅੱਛਾ, ਸਾਈ ਹੈਗੇ, ਜੱਟ ਜਾਤ ਪੜ੍ਹਦੇ ਆ। ਅੱਛਾ ਜੀ, ਉਹਨਾਂ ਦੇ ਵੀ ਨਾਂ ਦੱਸ ਦਿਓ ਜੀ। ਕਿਹਨਾਂ ਦੇ? ਜਿਹੜੇ ਮੁਸਲਮਾਨ ਸੀਗੇ ਉੱਥੇ। ਮੁਸਲਮਾਨਾਂ ਦਾ ਨਾਂ ਤਾਂ ਥੋੜ੍ਹਾ ਹੀ ਆਉਂਦਾ ਮੈਨੂੰ। ਦੱਸ ਦਿਓ ਜੀ, ਜਿੰਨੇ ਵੀ ਆਉਂਦੇ ਦੱਸ ਦਿਓ। ਮੁਸਲਮਾਨ ਘੁਮਿਆਰ ਸੀ ਜੀ, ਮੁਸਲਮਾਨ ਜਾਤ ਉਹਨੇ ਭਾਂਡਿਆਂ ਭੂੰਡਿਆਂ ਕੰਮ ਕਰਦੇ ਸੀ ਜੀ। ਇਹ ਨਾਂ ਤਾਂ ਮੈਨੂੰ ਯਾਦ ਨਹੀਂ, ਹੜੇ ਹੜੇ ਦੱਸਣਾ ਪੈਣਾ। ਅੱਛਾ ਜੀ, ਕਿਉਂ ਚਿਹਰ ਹੋ ਗਿਆ, ਨਾਂ ਭੁੱਲ ਗਏ? ਭੁੱਲ ਗਏ ਨਾਂ ਜੀ 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 ਅਤੇ ਬਾਬਾ ਜੀ ਤੁਹਾਡਾ ਵਿਆਹ ਉੱਧਰ ਹੀ ਹੋ ਗਿਆ ਸੀ? ਵਿਆਹ ਸਾਡਾ ਉੱਥੇ ਹੋਇਆ ਸੀ। ਕਿਹੜੇ ਪਿੰਡ ਵਿਆਹੁਣ ਗਏ ਸੀ? ਉਹ ਹੈਗਾ ਜੀ ਬਾਵੇ ਦਾ ਕੋਟ। ਹਾਂ, ਬਾਵੇ ਦਾ ਕੋਟ, ਠੀਕ ਹੈ ਜੀ ਜੀ। ਅਤੇ ਬਾਬਾ ਜੀ ਕਿੰਨੀ ਕੁ ਬਰਾਤ ਜਾਂਦੀ ਹੁੰਦੀ ਸੀ ਉਦੋਂ, ਉਸ ਵੇਲੇ ਦੀਆਂ ਗੱਲਾਂ ਸੁਣਾਓ ਐਨ ਖੁੱਲ੍ਹ ਕੇ। ਉਸ ਵੇਲੇ ਇੰਨੇ 30-40 ਆਦਮੀ ਹੁੰਦੇ ਸੀ ਜੀ। ਇਹ ਜੰਜ ਤੁਰ ਕੇ ਜਾਂਦੀ ਸੀ, ਭਾਵੇਂ ਕਿਤੇ ਜਾਣੀ ਹੋਵੇ। ਅਤੇ ਜ਼ਿਮੀਂਦਾਰਾਂ ਦੇ ਜੰਮ ਜਾਂਦੀ ਸੀ ਘੋੜੀਆਂ 'ਤੇ, ਘੋੜੀਆਂ ਹੁੰਦੀਆਂ ਸੀ, ਘੋੜੀਆਂ ਮੰਗ ਮੰਗ ਇਕੱਠੀਆਂ ਕਰ ਲੈਣੀਆਂ। ਉਦੋਂ ਜੰਜ ਦਸਰਾਤ ਰਹਿੰਦੀ ਸੀ, ਅਤੇ ਦੁੱਧ ਪਿਆਉਣਾ, ਜੰਜ ਨੂੰ ਚਾਹ ਕੋਨੀ ਸੀ ਹੁੰਦੀ, ਦੁੱਧ ਪਿਆਲਣਾ, ਜੰਜ ਸੁੱਤੀ ਆ, ਇੱਕ ਨੇ ਮਗਰੋਂ ਉਠਾਲਣਾ, ਦੂਜੇ ਨੇ ਦੁੱਧ ਸੁੱਤਿਆਂ ਨੂੰ ਪਿਆਲਣਾ, ਪੀਓ ਉੱਠੋ ਤਾਂ ਉੱਠੋ। ਅੱਛਾ ਜੀ, ਅਤੇ ਤੁਹਾਡੀ ਬਰਾਤ ਕਦ 'ਤੇ ਗਈ ਸੀ? ਤੁਰ ਕੇ ਗਏ ਜੀ। ਤੁਰ ਕੇ? ਅੱਛਾ ਜੀ। ਕਿੰਨੀ ਕੁ ਦੂਰ ਸੀ ਤੁਹਾਡੇ ਸਹੁਰਿਆਂ ਦਾ ਪਿੰਡ? ਖੈਰ 12 ਕੁ ਹੈਗਾ ਜੀ। ਉਦੋਂ ਰਿਸ਼ਤਾ ਫਿਰ ਕੌਣ ਕਰਵਾਉਂਦਾ ਹੁੰਦਾ ਸੀ, ਕਿਹਨੇ ਕਰਵਾਇਆ ਸੀ ਰਿਸ਼ਤਾ? ਰਿਸ਼ਤਾ ਵਿਚੋਲਾ ਬਣਦਾ ਕੋਈ ਨਾ ਕੋਈ। ਅੱਛਾ, ਕੋਈ ਨਾ ਕੋਈ। ਪਹਿਲਾਂ ਵੇਖਦੇ ਨਹੀਂ ਸੀ ਇੱਕ ਦੂਜੇ ਨੂੰ ਵਿਚੋਲੇ? ਹਾਂ, ਵਿਚੋਲਾ ਸੀ ਜਿਹੜਾ ਸੀ ਨਾ ਵਿਚੋਲਾ, ਉਹ ਸਾਡੇ ਪਿੰਡ ਲਾਗੇ, ਪਿੰਡ ਦਾ ਨਾਂ ਸੀ ਪੂਰਬ। ਅੱਛਾ ਜੀ, ਪੂਰਬ ਕਲੇਰ ਨਿਰਜ ਪੂਰਬ। ਅੱਛਾ ਜੀ। ਅੱਛਾ, ਇਹ ਉਹ ਵਿਚੋਲਾ ਸੀ, ਉਹਦਾ ਨਾਂ ਸੀ ਹਰੀਆ। ਅੱਛਾ, ਵਿਚੋਲੇ ਦਾ ਅਤੇ ਉਧਰੋਂ ਲੱਗਦਾ ਸੀ, ਉਹ ਮਾਸੋਂ ਲੱਗਦਾ ਸੀ, ਮਤਲਬ ਅਗਲੇ ਪਾਸਿਓਂ। ਅੱਛਾ, ਤੁਹਾਡਾ ਦੂਜੇ ਇੱਧਰੋਂ ਬਲਾਰੀ ਵਿੱਚ ਚਾਚਾ ਤਾਇਆ ਲੱਗਦਾ ਸੀ। ਅੱਛਾ ਬਾਬਾ ਜੀ, ਬਰਾਦਰੀ ਕਿਹੜੀ ਆਪਣੀ? ਹਾਂਜੀ, ਬਰਾਦਰੀ ਬਲਾਦਰੀ ਹਾਂਜੀ, ਬਲਾਦਰੀ ਸਾਡੀ ਹੈਗੀ ਆ ਕਰਮਚੰਦ, ਇੱਥੇ ਲਵਾਈ ਦੀ ਡਿਊਟੀ ਕਰਦਾ ਰਿਹਾ। ਨਹੀਂ, ਮਹਿਰੇ 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 ਅੱਛਾ ਮਹਿਰੇ ਅੱਛਾ। ਅਤੇ ਗੁਰਬਖਸ਼ ਸਿੰਘ ਜੀ, ਇਹ ਮੁੰਡਾ ਤਾਰੀ ਉਹਦਾ ਹੈਗਾ ਗੁਰਬਖਸ਼ ਸਿੰਘ ਦਾ, ਕਰਮਚੰਦ ਦਾ ਮੁੰਡਾ ਸੀ ਪ੍ਰਕਾਸ਼ ਜਗਦੀਸ਼ ਜੀ। ਬਾਬਾ ਜੀ, ਤੁਸੀਂ ਫਿਰ ਜਦੋਂ ਜਵਾਨ ਹੋਏ ਉਹ ਸਕੂਲ ਸਕਾਲ ਵੀ ਗਏ ਕਿ ਨਹੀਂ ਤੁਸੀਂ? ਮੈਂ ਸਕੂਲ ਨਹੀਂ ਗਿਆ ਜੀ। ਸਕੂਲ ਸੀਗਾ ਉੱਥੇ ਪਿੰਡ 'ਚ? ਸਕੂਲ ਹੈਗਾ ਸੀ। ਤੁਸੀਂ ਕਿਉਂ ਨਹੀਂ ਗਏ ਬਾਬਾ ਜੀ? ਉਦੋਂ ਪੜ੍ਹਾਈ ਘੱਟ ਹੁੰਦੀ ਜੀ, ਮੁੰਡੇ ਵਿਹਲੇ ਬਹਿ ਜਾਂਦੇ ਸੀ, ਕੰਮ ਕਾਰ ਕੋਈ ਨਹੀਂ ਸੀ ਹੁੰਦਾ, ਪੜ੍ਹਾਈ ਵੱਲ ਧਿਆਨ ਨਹੀਂ ਕਿਸੇ ਦਾ ਹੁੰਦਾ ਜੀ। ਮੁੰਡੇ ਵਿਹਲੇ ਖੇਡਦੇ ਰਹਿੰਦੇ ਸੀ, ਵਿਹਲੇ ਰਹਿਣਾ, ਕੋਈ ਕੰਮ ਕਾਰ ਨਹੀਂ ਹੈਗਾ। ਇੱਕ ਬੈਠੇ ਹੋਣੇ, ਇੱਕ ਨੂੰ ਆਵਾਜ਼ ਮਾਰਨੀ, ਕਾਕਾ ਆਹ ਕੰਮ ਕਰੀਏ ਕੋਈ, ਅਤੇ ਬਾਕੀ ਦਾ ਦੁਰਬਣ ਨਾਲ ਚੱਲ ਇਹ ਕੀ ਕਰਨਾ ਵਾ। ਉਦੋਂ ਕੰਮ ਮੁੰਡੇ ਵਿਹਲੇ ਹੁੰਦੀ, ਕੰਮ ਨਹੀਂ ਕੋਈ ਹੁੰਦਾ। ਅਤੇ ਹੁਣ ਮੁੰਡੇ ਵਿਹਲੇ ਨਹੀਂ ਹੈਗੇ? ਹਾਂਜੀ, ਹੁਣ ਵੀ ਤਾਂ ਵਿਹਲੇ ਲੱਗਦੇ ਮੈਨੂੰ ਤਾਂ ਮੁੰਡੇ। ਮੁੰਡੇ ਹੁਣ ਇੱਦਾਂ ਵੀ ਮੁੰਡੇ ਕਮਜ਼ੋਰ ਹੋ ਗਏ ਜ਼ਿਆਦਾ, ਕੰਮ ਨਾ ਕਰਨਾ ਪਵੇ। ਬਾਕੀ ਗੱਲ ਹੈਗੀ, ਮੁੰਡੇ ਜਾਣ ਹੈ ਨਹੀਂ, ਜਾਣ ਹੈ ਨਹੀਂ। ਤੁਹਾਡੀ ਖੁਰਾਕ ਵਾਹਵਾ ਹੁੰਦੀ ਸੀ? ਉਦੋਂ ਖੁਰਾਕ ਕੋਈ ਨਹੀਂ ਸੀ ਹੁੰਦੀ ਜੀ, ਜਿਹੜੀ ਰੋਟੀ ਖਾਣੀ ਨਾ ਰੋਟੀ ਜੀ, ਇਹਦੇ 'ਚ ਤਾਕਤ ਬੜੀ ਹੁੰਦੀ ਸੀ। ਜਿਹੜੇ ਮੁੰਡੇ ਰੋਟੀ ਖਾਂਦੇ ਆ, ਉਹਨਾਂ ਕਦੇ ਲੱਸੀ ਨਹੀਂ ਵੇਖੀ, ਉਹ ਖਾੜੇ ਜਾ ਕੇ ਘੁਲਦੇ ਆ, ਕੌਡੀ ਖੇਡਦੇ ਆ, ਉਹ ਅੰਨ ਦੇ ਸਿਰ ਦੇ ਉੱਤੇ। ਅੱਛਾ, ਅੰਨ ਵੀ ਉਦੋਂ ਚੰਗਾ ਹੁੰਦਾ ਸੀ, ਹੁਣ ਤਾਂ ਯੂਰੀਏ ਖਾਦਾਂ ਸਪਰੇ। ਦੇਖੋ, ਇੱਥੇ ਇੱਕ ਮੁੰਡਾ ਬਿਮਾਰ ਹੋ ਗਿਆ, ਉਹਦੇ ਮਨ 'ਚ ਫੁਰਨਾ ਫੁਰਿਆ ਕਿ ਮੈਂ ਡਾਕਟਰ ਨੂੰ ਖੁਸ਼ ਕਰਾਂ।
ਕਹਿੰਦਾ ਇਹਨੂੰ ਕੀ ਦੇਣਾ ਵਾ ਘਿਓ ਆਪਣੇ ਬਹੁਤ ਆ ਘਿਓ ਦੇ ਦੀ ਡਾਕਟਰ ਖਾ ਕੇ ਖੁਸ਼ ਹੋਏਗਾ। ਡਾਕਟਰ ਨੇ ਘਿਓ ਲੈ ਲਿਆ ਕਹਿੰਦਾ ਕਾਕਾ ਬਹਿ ਜਾ ਕੇ ਘਿਓ ਚੈੱਕ ਕਰਦਾ ਇਹਦੇ ਵਿੱਚ ਜ਼ਹਿਰ ਹੈਗੀ ਆ। ਕਹਿੰਦਾ ਵੇਖ ਬੜਿਆ ਮਾਨਸਾ ਤੈਨੂੰ ਮੈਂ ਰਾਜ਼ੀ ਕੀਤਾ ਤੂੰ ਮੈਨੂੰ ਜ਼ਹਿਰ ਦੇ ਕੇ ਮਾਰਨ ਲਗਾਵਾਂ ਮੈਂ ਤੈਨੂੰ ਜਾਣ ਨਹੀਂ ਦੇਣਾ ਇੱਥੇ ਬੈਠਾ ਰਹੋ। ਕਹਿੰਦਾ ਮੈਂ ਡਾਕਟਰ ਜੀ ਜਾਂਦਾ ਨਹੀਂ ਮੈਂ ਕੋਈ ਗੱਲ ਕਰ ਸਕਦਾ ਵਾਂ। ਹਾਂ ਗੱਲ ਕਰ ਤੂੰ ਜਾ ਨਹੀਂ ਸਕਦਾ। ਕਹਿੰਦਾ ਜੀ ਮੈਂ ਗੱਲ ਇਹ ਕਰਨੀ ਹੈ ਦੁੱਧ ਲਵੋ ਆਪ ਘਿਓ ਬਣਾਵੋ ਉਹਦਾ ਚੈੱਕ ਕਰੋ। ਕਹਿੰਦਾ ਅੱਛਾ ਮੈਂ ਕਰਦਾ ਵਾਂ। ਦੁੱਧ ਲਿਆ ਘਿਓ ਬਣਾਇਆ ਚੈੱਕ ਕੀਤਾ ਉਹ ਦਿਨੀ ਉਹਦੇ 'ਚ ਯਾਰ ਵਾ ਉਨੀ ਉਹਦੇ 'ਚ ਆ ਗਈ। ਕਹਿੰਦਾ ਜਾ ਭਰਿਆ ਲੋਕਾਂ ਇਹਦੇ ਹਰ ਵਿੱਚ ਯਾਰ ਹੈ ਮੈਂ ਤੈਨੂੰ ਐਵੇਂ ਫੜਿਆ ਜਾ ਚਾਹੀਦਾ। ਹੁਣ ਭਾਈ ਸਬਜ਼ੀ ਖਾਂਦੇ ਹਾਂ ਇਹਦੇ 'ਚ ਵੀ ਯਾਰ ਵਾ ਅੰਨ ਖਾਂਦੇ ਹਾਂ ਇਹ 'ਚ ਯਾਰ ਵਾ। ਤੁਹਾਡੇ ਵੇਲੇ ਕੀ ਖੁਰਾਕਾਂ ਹੁੰਦੀਆਂ ਸੀ? ਸਾਡੇ ਵੇਲੇ ਖੁਰਾਕ ਹੋਣੀ ਬਸ ਦੁੱਧ ਘਿਓ ਜਿਹਾ ਪੀਣਾ ਬਸ ਹਰ ਘਰ ਲਵੇਰਾ ਹੁੰਦਾ ਸੀ। ਅੱਛਾ ਤੁਸੀਂ ਮੱਝ ਗਾਂ ਰੱਖਦੇ ਸੀ? ਮੱਝਾਂ ਗਾਈਆਂ ਰਹੇ ਚ ਅੱਠ ਮੱਝਾਂ ਤਾਂ ਮੈਂ ਇੱਥੇ ਆ ਕੇ ਰੱਖੀਆਂ ਵਾਂ। ਮੇਰੇ ਕੋਲ ਆ ਕੇ ਅੱਠ ਮੱਝਾਂ ਮੈਂ ਸਾਬ ਲਾਉਂਦਾ ਅੱਠ ਮੱਝਾਂ ਮੈਂ ਵੇਚੀਆਂ ਵਾਂ ਇੱਥੇ ਕਮਾਉਣ ਦੇ ਵਿੱਚ ਆ ਕੇ। ਵਾਹ ਜੀ ਵਾਹ। ਅਤੇ ਬਾਬਾ ਜੀ ਤੁਹਾਡੇ ਨੇੜੇ ਪਿੰਡ ਕਿਹੜੇ ਸੀ ਉੱਧਰ? ਨੇੜੇ ਨੇੜੇ ਪਿੰਡ ਹੈਗਾ ਸੀ ਸਰਦਾਰ ਵਾਲੀ ਪਰੋ ਕੇ ਬਦੀਪੁਰ ਸੌਦਾ ਚੱਕ ਗੁਰਧਨਪੁਰ ਲੰਘੇ ਮਸਕੇ ਪੂਰਬ ਅਤੇ ਤੁਹਾਡੀਆਂ ਰਿਸ਼ਤੇਦਾਰੀਆਂ ਕਿਹਨਾਂ ਪਿੰਡਾਂ 'ਚ ਸੀਗੀਆਂ? ਉਹਨਾਂ ਪਿੰਡਾਂ 'ਚ ਦੂਰ ਦੂਰ ਸੀ ਰਿਸ਼ਤੇਦਾਰੀਆਂ। ਦੱਸ ਦਿਓ ਰਿਸ਼ਤੇਦਾਰਾਂ ਦੇ ਪਿੰਡ ਵੀ ਦੱਸ ਦਿਓ। ਅੱਛਾ ਨਾਨਕੇ ਕਿੱਥੇ ਸੀ? ਅਤੇ ਨਿਆਣਿਆਂ ਚੱਕ ਆ ਜੀ ਰਿਸ਼ਤੇਦਾਰ ਸਾਡੀ ਮਾਸੀ ਸੀ ਨਿਆਣਿਆਂ ਚੱਕ ਜੀ। ਹੋਰ ਭੂਆ ਕਿੱਥੇ ਸੀ? ਹੋਰ ਮਾਸੀ ਹੈਗੀ ਸੀ ਜੀ। ਅਤੇ ਬਾਬਾ ਜੀ ਜਦੋਂ ਪਾਕਿਸਤਾਨ ਬਣਿਆ ਹਾਂ ਉਦੋਂ ਤੁਸੀਂ ਇੱਥੇ ਸੀ ਜਾਂ ਬਾਹਰ 'ਚ ਗਏ ਹੋ ਸੀ? ਮੈਂ ਜੀ ਕੰਮ ਕਰਨ ਗਿਆ ਜਾਂਦਾ ਮੁੰਡੇ ਬਾਹਰ ਕਨੇਡਾ ਨੂੰ ਜਾਂਦੇ ਆ ਕੰਮ ਕਰਨ ਗਏ ਹਾਂ ਹੀ। ਇੱਕ ਮੇਰਾ ਭਰਾ ਮੇਰੇ ਨਾਲ ਇੱਕ ਮੇਰੀ ਭਰਜਾਈ ਚਲੇ ਗਏ ਉੱਥੇ ਜਾ ਕੇ 5-4 ਦਿਨ ਕੰਮ ਕੀਤਾ। ਕੀ ਕਿਹੜੇ ਚੱਕ ਗਏ ਸੀ ਤੁਸੀਂ? ਜੜਾਂ ਵਾਲਾ ਜ਼ਿਲ੍ਹਾ ਲਾਲਪੁਰ ਤੋਂ। ਅਤੇ ਚੱਕ ਕਿਹੜਾ ਸੀ? ਚੱਕ ਹੈਗਾ ਜੀ 27 ਚੱਕ। ਅੱਛਾ ਉਹ ਸਿਆਲਕੋਟੀਆਂ ਦਾ ਸੀ? ਹਾਂਜੀ ਉਹ ਉੱਥੇ ਦੇ ਜ਼ਿਮੀਂਦਾਰ ਸਿਆਲਕੋਟੀਏ ਸੀਗੇ? ਉੱਥੇ ਦੇ ਜ਼ਿਮੀਂਦਾਰ ਤਾਂ ਨਹੀਂ ਮੈਨੂੰ ਪਤਾ ਕੋਈ ਕਿਸੇ ਦਾ ਸੀ ਕੋਈ ਕਿਸੇ ਦਾ ਸੀ। ਇੱਕ ਬਠਿੰਡਾ ਸ਼ਹਿਰ ਦੇ ਰਹਿਣ ਵਾਲਾ ਜਾਇਦਾਰ ਮੁਖਤੌਰ ਸਿੰਘ ਜੀ ਜਿਹਦੇ ਘਰ ਵੀ ਅਸੀਂ ਰਹੇ ਹਾਂ ਕੁਛ ਦਿਨ 27 ਚੱਕ ਦੇ ਵਿੱਚ ਉਹਦਾ ਪਤਾ ਸੀ ਕਿ ਇਹਦਾ ਪਿੰਡ ਬਠਿੰਡਾ ਮੰਡੀ ਆ ਪਿੰਡ ਨਹੀਂ ਜਾਣਦੇ ਬਠਿੰਡਾ ਮੰਡੀ ਦੇ ਰਹਿਣ ਵਾਲਾ। ਅੱਜ ਕੱਲ੍ਹ ਉਹ ਇਲਾਕੇ ਦੇ ਇਹ ਪਿੰਡ ਕਾਲਾ ਆ ਕੇ ਇੱਥੇ ਜੱਟ ਬੈਠੇ ਹੋਏ ਆ ਉਹ ਜਿਹੜੇ ਕਾਫਲੇ ਜਿਹੜੇ ਆਏ ਆ ਉਹਨਾਂ ਨੂੰ ਮੈਂ ਜਾਣਦਾ ਮਾੜਾ ਮੋਟਾ। ਅਤੇ ਬਾਬਾ ਜੀ ਗੱਲ ਦੱਸਿਓ ਕਿ ਉੱਥੇ ਤੁਸੀਂ ਕੰਮ ਕੀ ਕਰਨ ਗਏ ਸੀ? ਕੰਮ ਉੱਥੇ ਜੀ ਜਦੋਂ ਡੇਰੇ ਜਾਂਦੇ ਨਾ ਬਿਆਸ ਹਾਂਜੀ ਇੱਥੇ ਸੰਗਤ ਸਾਰੀ ਆਉਂਦੀ ਆ ਉਹ ਲੈਲਪੁਰ ਦੇ ਵੀ ਆਉਂਦੇ ਸੀ ਸਤਸੰਗੀ ਉਹ ਕਹਿੰਦੇ ਉੱਥੇ ਕੰਮ ਰਿਹਾ ਜੀ ਮੁਰਮੁਰੇ ਦਾ ਅਤੇ ਅਸੀਂ ਮੁਰਮੁਰਾ ਬਣਾਉਂਦੇ ਹਾਂ ਮੁਰਮੁਰਾ ਬਣਾਉਣ ਗਏ ਮੁਰਮੁਰਾ ਉੱਥੇ ਬਣਾ ਕੇ ਵੇਚਣਾ ਪਿੰਡਾਂ ਦੇ ਵਿੱਚ ਨਹੀਂ ਉੱਥੇ ਇੱਕ ਥਾਂ ਬਹਿ ਕੇ ਵੇਚ ਛੱਡਣਾ ਆਪੇ ਵਿਕ ਜਾਣਾ ਗਾਹਕ ਆ ਜਾਣੇ। ਅੱਛਾ ਜੀ ਗਾਹਕ ਲੈ ਜਾਂਦੇ ਆ ਕੇ ਉੱਥੇ ਨਰਮਾ ਹੁੰਦਾ ਸੀ ਬਹੁਤ ਨਰਮੇ ਅਤੇ ਮੁਰਮੁਰਾ ਬਹੁਤ ਜ਼ਿਆਦਾ ਵਿਕਦਾ ਸੀ। ਤੁਸੀਂ ਉੱਥੇ ਸੀ ਜਦੋਂ ਪਾਕਿਸਤਾਨ ਬਣਿਆ? ਹਾਂ ਮੈਂ ਪਾਕਿਸਤਾਨ 'ਚ ਉੱਥੇ ਸੀ ਉੱਥੇ ਚਲੇ ਗਏ ਜੀ ਸਾਡੇ ਮਗਰੋਂ ਫਿਰ ਕਾਰਡ ਚਲੇ ਗਏ ਉਦੋਂ ਕਾਰਡ ਚੱਲਦਾ ਸੀ 3 ਪੈਸੇ ਦਾ ਉਦੋਂ ਵਾਇਰਲੈਸ ਹੁੰਦੀ ਸੀ ਫੋਨ ਫਾਨ ਦੇ ਕੋਈ ਨਹੀਂ ਹੁੰਦਾ ਵਾਇਰਲੈਸ ਜਾਣੀ ਉਹ ਵੀ ਕਈ ਅਫਸਰਾਂ ਕੋਲ ਹੁੰਦੀ ਆ ਵੀ ਅਸੀਂ ਗਏ ਹਾਂ ਕੰਮ ਕਰਨ ਸਾਨੂੰ ਪਿੰਡੋਂ ਕਾਰਡ ਚਲੇ ਗਿਆ ਤੁਹਾਡੀ ਭੈਣ ਗੁਜ਼ਰ ਗਈ ਆ ਅਤੇ ਆਓ ਇਹ ਮੈਨੂੰ ਆਉਂਦੇ ਕਿੱਦਾਂ ਮੈਂ ਤੁਸੀਂ ਚਲੇ ਜਾਓ ਮੁੜ ਕੇ ਆ ਹੀ ਜਾਣਾ ਅਤੇ ਮੈਂ ਰਹਿਣਾ ਵਾਂ ਉਹ ਪਿੰਡ ਆ ਗਏ ਪਾਕਿਸਤਾਨ ਦਾ ਮਾਹੌਲ ਵਿਗੜਦਾ ਰਿਹਾ
ਘਰ ਜਾਂਦਾ ਰਿਹਾ ਆਉਂਦਾ ਰਿਹਾ। ਮੈਂ ਕਿਹਾ ਤੂੰ ਨਹੀਂ ਆਉਣਾ ਬਾਈ ਬਿਲਕੁਲ ਹੀ, ਤੂੰ ਪਿੰਡ ਰਹਿ ਅਤੇ ਤੂੰ, ਮੈਂ ਤਾਂ ਰਹਿ ਗਿਆ ਇੱਥੇ ਹੁਣ, ਅਤੇ ਮੈਨੂੰ ਕਰਨ ਨੂੰ ਰਹਿਣ ਦਿਓ, ਕੋਈ ਗੱਲ ਨਹੀਂ। ਫਿਰ ਇਕੱਲਾ ਰਹਿ ਗਿਆ ਉੱਥੇ, ਮੈਂ ਉੱਥੇ ਫਿਰ ਰਹਿੰਦਿਆਂ ਰਹਿੰਦਿਆਂ ਪਾਕਿਸਤਾਨ ਦਾ ਮਾਹੌਲ ਵਿਗੜਦਾ ਗਿਆ। ਇਸ ਤਿੰਨਾਂ ਦੁਕਾਨਾਂ 'ਤੇ ਤਿੰਨ ਆਦਮੀ ਰਹਿ ਗਏ, ਇਕੱਲਾ ਇਕੱਲਾ। ਹੁਣ ਉਹ ਸੋਚਦਿਆ ਕੰਮ ਕੀ ਕਰੀਏ, ਇਕੱਲੇ ਆਦਮੀ ਕੰਮ ਨਹੀਂ ਕਰ ਸਕਦਾ। ਕਹਿਣ ਲੱਗਾ ਮੇਰੇ ਕੋਲ ਆਓ। ਉਹਦੇ ਕੋਲ ਚਲੇ ਗਏ, ਉੱਥੇ ਕੰਮ ਕੀਤਾ। ਉੱਥੇ ਗੁਆਂਢ ਨੂੰ ਆਏ ਇੱਕ ਜਾਤ ਦੀ ਚੰਗੜੀ, ਉਹਨੇ ਬੜੀ ਸਾਨੂੰ ਗਾਲ ਕੱਢੀ। ਔਂਤਰੇ ਕੰਜਰ ਕੁੱਤੇ ਬਰਮਾਸ਼ ਵੇਖੋ ਅੰਨੇ ਹੋ ਗਏ, ਮੇਰੀਆਂ ਮੱਝਾਂ ਅੰਨੀਆਂ ਕਰਤੀ, ਇਹਨਾਂ ਧੂੰ ਪਾ ਪਾ ਕੇ ਪਾਕਿਸਤਾਨ ਦਾ ਮਾਹੌਲ ਜ਼ਿਆਦਾ ਵਿਗੜ ਗਿਆ। ਇਹ ਅਸੀਂ ਅੱਖ ਪੁੱਟ ਕੇ ਨਹੀਂ ਵੇਖਿਆ ਉਹਦੇ ਵੱਲੋਂ, ਕਿ ਇਹਨਾਂ ਦਾ ਤੇਜ ਤਾਂ ਵੀ ਜ਼ਿਆਦਾ ਵਾ, ਇਹ ਸਾਨੂੰ ਮਰਵਾ ਨਾ ਦੇ ਕਿਤੇ ਆਪਣਾ ਕੰਮ ਕਰਦੇ ਰਹੇ। ਮੁੜ ਕੇ ਟਕਾਲਾ ਨੂੰ ਕਿਹਾ ਵੀ ਇੱਥੇ ਅਸੀਂ ਨਹੀਂ ਆਉਣਾ, ਇਹ ਅੱਡਾ ਬਦਲ ਦਿਉ, ਇਹਦਾ ਕੀ ਪਤਾ ਮਰਵਾ ਦੇ ਦੀ। ਅਸੀਂ ਫਿਰ ਮੈਂ ਮੇਰੇ ਕੋਲ ਚਲੋ 27 ਚੱਕ ਚਲੇ ਗਏ। ਉਹ ਕਹਿੰਦੇ ਆ ਗੁਰਦੁਆਰੇ ਦਿਹਾੜੀ ਮਿਲਦੀ ਹੈ ਉਹ ਕਰੀਏ। ਮੈਂ ਕਿਹਾ ਸਤਿਗੁਰ ਤਾਂ ਦਿੰਦਾ ਖਾਣ ਨੂੰ, ਅਤੇ ਗੁਰਦੁਆਰੇ ਜਾ ਕੇ ਦਿਹਾੜੀ ਕਰਨੀ ਹੈ, ਇਹਨੇ ਅਸੀਂ ਨਹੀਂ ਕਰਨੀ। ਉਹ ਤਾਂ ਸਤਿਗੁਰ ਦਾਤਾ ਆਪ ਦਿੰਦਾ, ਉਹਦੇ ਕੋਲ ਜਾ ਕੇ ਅਸੀਂ ਦਿਹਾੜੀ ਕਰੀਏ। ਉਹ ਕਹਿੰਦੇ ਫਿਰ ਕਿੱਦਾਂ? ਮੈਂ ਨਹੀਂ ਜਾਣਾ, ਤੁਸੀਂ ਜਾਓ। ਉਹ ਚਲੇ, ਕਦੇ ਗਏ, ਮਾਹੌਲ ਵਿਗੜ ਗਿਆ। ਦਿਨ ਦੇ ਲੋਢੇ ਵੇਲੇ 4 ਵਜੇ ਆ, ਇਹ ਗੋਲੀ ਚੱਲ ਪਈ, ਕੜਕ ਕੜਕ ਮੱਥੇ ਲਾ ਕੇ ਗੋਲੀਆਂ ਵੱਜੀਆਂ। ਇਹ ਬਜ਼ੁਰਗ ਮੇਰੇ ਨਾਲ ਵਾ, ਉਹ ਕਹਿੰਦਾ ਕਾਕਾ ਉੱਠ ਕੇ ਅੰਦਰ ਹੋ ਜਾ, ਮੇਰੇ ਮਗਰ 16 ਬਾਲ ਦੇ ਦਾਣਿਆਂ ਦੇ ਪਏ ਹੋਏ ਆ ਭੁੰਨਣ ਵਾਲੇ, ਜਿਹੜੇ ਭੁੰਨਣੇ ਆ ਅਤੇ ਲੋਕ ਕਹਿੰਦੇ ਸੀ ਵੀ ਕਿਤੇ ਰਾਜ ਖਾ ਲਾਉਂਦੇ। ਉਹ ਜਾਇਦਾਦ ਮਿਲਿਆ ਮੈਨੂੰ, ਕਹਿਣ ਲੱਗਾ ਵੇਖ ਦਾਣੇ ਨਾ ਕਿਸੇ ਦੇ ਕਢਾਈ ਮੋੜ ਕੇ, ਮੇਰੇ ਕੋਲ ਬਾਲਣ ਜਿੰਨਾ ਖਾਣਾ ਲੈ ਜਾ। ਅਤੇ ਪਹਿਲਾ ਪਰਾਗਾ ਪਾਇਆ ਜੀ ਅਤੇ ਗੋਲੀ ਚੱਲ ਪਈ। ਉਹ ਮੈਨੂੰ ਕਹਿੰਦਾ ਵਾ ਉੱਠ ਕੇ ਕਾਕਾ ਅੰਦਰ ਹੋ ਜਾ। ਮੈਂ ਕੀ ਹੋ ਗਿਆ? ਕਹਿੰਦਾ ਹੋਣਾ ਕੀ ਆ, ਫੈਰਿੰਗ ਖੁੱਲ੍ਹ ਗਿਆ, ਇਹ ਬੰਦ ਨਹੀਂ ਹੋਣਾ। ਸਾਡੇ ਜਾਣੇ ਬੁਲਾ, ਫੈਰਿੰਗ ਕਿਹਨੂੰ ਕਹਿੰਦੇ ਆ? ਉਹ ਬੰਨੋ ਕੁਹਾੜ 'ਚ ਕੰਮ ਕਰਦਾ ਰਿਹਾ ਸੀ, ਉੱਧਰ ਪਠਾਣ ਚੱਲਦੀ ਸੀ ਗੋਲੀ, ਉਹਨਾਂ ਨੂੰ ਵਾਕਵੀ ਸੀ ਕਿ ਇਹ ਫੈਰਿੰਗ ਖੁੱਲ੍ਹਦਾ। ਕਹਿੰਦਾ 3 ਗੋਲੀਆਂ ਚੱਲ ਗਈਆਂ ਵਾ, ਇਹ ਫੈਰਿੰਗ ਬੰਦ ਨਹੀਂ ਹੋਣਾ। ਸਾਰੀ ਰਾਤ ਗੋਲੀ ਚੱਲੀ ਜੀ, ਰਾਤ ਦੇ 12 ਵਜੇ ਗੋਲੀ ਬੰਦ ਕੀਤੀ। ਇੱਧਰੋਂ ਗੱਡੀ ਗਈ ਮੁਸਲਮਾਨਾਂ ਦੀ, ਉਹ ਸਾਰੀ ਥਾਂ ਥਾਂ ਬਾਲ ਦਿੱਤੀ ਅਤੇ ਫਿਰ ਗੋਲੀ ਚੱਲ ਪਈ। ਸੂਰਜ ਚੜ੍ਹਿਆ, ਗੋਲੀ ਬੰਦ ਹੋਈ। ਇਹ ਲਿਖਣ ਵਾਲਾ ਲਿਖਦਾ 25,000 ਆਦਮੀ ਮਾਰਿਆ ਗਿਆ ਵਾ ਜੜ੍ਹਾਂ ਵਾਲੇ ਸ਼ਹਿਰ ਦੇ ਵਿੱਚ। ਇੱਕ ਬੰਦਾ ਮੈਨੂੰ ਮਿਲਿਆ, ਕਹਿੰਦਾ ਤੇਰਾ ਨਾਂ ਲਿਖਾ ਦਿੱਤਾ, ਸਾਡਾ ਬੰਦਾ ਮਰ ਗਿਆ। ਮੈਂ ਚੰਗਾ ਹੋ ਗਿਆ ਲਿਖਾ ਤਾ ਜੀ। ਲੋਕ ਕੀੜੀਆਂ ਵਾਂਗੂ ਬਾਹਰ ਉੱਠ ਕੇ ਤੁਰ ਪਏ। ਕਾਫਲਾ ਬਣ ਗਿਆ, ਕਾਫਲਾ ਸਫ਼ਰ ਕਰਦਾ ਤੁਰੇ ਆਉਂਦੇ। ਰਾਹ ਵਿੱਚ ਇੱਕ ਪਿੰਡ ਆਇਆ, ਉਹ ਨਾਮ ਮਿਲਿਆ ਹੋਇਆ ਪਾਦਰੀ ਨੂੰ। ਉਹ ਕਹਿੰਦਾ ਵਾ ਪ੍ਰਬੰਧਕਾਂ ਨੂੰ, ਜੇ ਰਾਤ ਕਾਫਲਾ ਰਹੇ ਤਾਂ ਮੈਂ ਸਾਰਿਆਂ ਨੂੰ ਰੋਟੀ ਜਿਹੋ ਜਿਹੀ ਮੇਰੇ ਕੋਲ ਬਣੇ ਮੈਂ ਖਵਾਲਾਂ। ਪ੍ਰਬੰਧਕ ਕਹਿੰਦੇ ਆ ਨਹੀਂ, ਇਹ ਕਾਫਲਾ ਇਕੱਠਾ ਹੋ ਕੇ ਬਹਿਦਾ ਅਤੇ ਦੁਸ਼ਮਣ ਆਏਦਾ, ਬੰਬ ਮਾਰ ਕੇ ਗਾਂਹ ਜਾਏਦਾ, ਅਤੇ ਰੋਟੀ ਨਹੀਂ ਖਾਣੀ ਪਈ, ਚੜ੍ਹਦੀ ਸੁਣਾਵਾਂ ਕਿਸੇ ਨੂੰ ਕੁਛ ਮਿਲ ਜਾਵੇ, ਕਿਸੇ ਨੂੰ ਕੁਛ ਨਾ ਮਿਲੇ। ਮੈਨੂੰ 8 ਦਿਨ ਹੋ ਗਏ ਰੋਟੀ ਖਾਧੀ ਨੂੰ। ਇੱਕ ਘਰ ਚਲੇ ਗਿਆ ਸਾਈਆਂ ਦੇ, ਮੈਂ ਬੀਬੀ ਆਟਾ, ਕਹਿੰਦੀ ਆਟਾ ਹੈਗਾ? ਮੈਂ ਕਿਹਾ 2 ਰੁਪਏ ਦਾ, 300 ਰੁਪਏ ਦਾ ਆਟਾ ਤੋੜ ਕੇ ਦੇ ਦਿੱਤਾ। ਮੈਂ ਦੁੱਧ ਹੈਗਾ ਜੀ, 3 ਗੜਵੀਆਂ ਦੁੱਧ ਦਿੱਤਾ। ਮੈਂ ਕਿਹਾ ਘਿਓ ਭਾਈ, ਘਿਓ ਹੈ ਨਹੀਂ। ਮੈਂ ਮੱਖਣਾਂ ਦੀ, ਉਹ ਤਾਂ ਹੈਗਾ, ਮੈਂ ਕਿਹਾ ਉਹ 2 ਰੁਪਏ ਦਾ ਤੋੜ ਕੇ ਰੱਖ ਦਿੱਤਾ। ਮੈਂ ਕਿਹਾ ਇਹਦੇ ਪਰੌਂਠੇ ਬਣਾ ਕੇ ਪਕਾ ਦੇ। ਉਹਨੇ ਆਟਾ ਗੁੰਨ ਕੇ ਪਰੌਂਠੇ ਪਕਾ ਦਿੱਤੇ, ਦੁੱਧ ਗਰਮ ਕਰਕੇ ਦੇ ਦਿੱਤਾ, ਉੱਠ ਕੇ ਤੁਰ ਪਿਆ।
मैं क्या बीबी तेरे घर लवेरा हैगा? कहती बहुत लवेरा। मैं क्या मैं लस्सी का गिलास दे दे, लस्सी का गिलास पी लिया, एक परौंठा खा लिया। अठ दिन हो गए नरना कालजा नरम, बिल्कुल अंदर कुछ नहीं हैगा। उस परौंठे ने मैनू फायदा कर दिता, मैं टट्टियाँ लग गई, पानी छप्पड़ता पीना वा, तुरे जाते रात बच्च खुद तो मिल पीना नहीं पानी, ना बहर कोई जा सकता ही आ। मैं देख मैनू थिबकरण लग गया, शरीर माड़ा हो गया, दिन डुबण वाला हो गया। एक पिंड आ गया, उत्थे बह गई। मैं क्या भाई मैं बीमार हो गया, तो मैनू इत्थे रहन दो पिया, तुसीं उठ के चले जायो। कहिंदे तैनू नाल खड़ना। मैं क्या मगर किन्ने छड्ड के आया, अस बड़े, तो मैं मेरे नाल की फर्क पै जाओ, छड्ड दिओ जाओ। कहिंदे तैनू दवाई देईए, मैं दे दिओ। वो घर गए मुसलमान, किसी दे मंग के लियाए, इन्ने दाने सौंफ दे मिले आ, लै भाई दवाई खा लै। हुण दवाई खा ली आ, मूँह च पाई आ, वो अंदर आए भजी फिरदे जो ग्राउंड दे विच गेंद बुड़कदा, अंदर नहीं जाती, अंदर जाने की ताकत नहीं, दंद भी बड़े कायम आ, कोई कमजोरी नहीं। उस वेले मैं तकिया कि मेरा पानी मुक गया शरीर चों, ते अंदर नहीं जाती। मैं क्या पानी दो जी, अंदर पानी नहीं देना, पानी तेनू मारदा, तेनू नहीं देना पानी। मैं मिन्नत करके अद्धा घुट पानी लिया, तो वह सौंफ मेरे अंदर लंघ गई, तो आराम नाल सौं गया जी। दिन चढ़ गया, तो देख लो कोई नहीं, मेरे शरीर च बिल्कुल तंदुरुस्त उस तरह ही हो गया। फिर आ गया पुल दरिया का, उत्थे उन्हें तलाशी की, जो लीड़ा वा सुचा वो गलों लुवा लिया तलाशी वाले ने, जो तांबे का पैसा वो ले लिया। उत्थे एक चांगी उहदे बास नहीं आ, लक उत्थे चांदी दे रुपये होंदे सी, नोट नहीं सी हुंदा, उन्हें लक ना बधी उहदी खोल लई। हे वह बेचारा मिन्नत करे, वह पैरों से हाथ जोड़े, मेरे पैसे दे दो। वो तंग पै गए, कहन लगा भाई इदा कर, ऐसा फट बाहवा, मैं फटदा लत्तां ते सुट थले पुल दे उत्ते दरिया दे विच मार। वो दरिया हैगा वा सतलुज ब्यास, दोनों कोठे एक पुल च लंघ दिया। ये गुंडा सिंह दा हैड वजदा, जां उहनूं बल्लो दा हैड करदे आ। फिर साढ़े तलाशी लई उहने, साढ़े पैसे है एक आदमी कोल, दूजे कोल है वा इन्हां कोल पैसे आ, तीजे कोल आ वा कच्छे च दित्ते सिउं के, भी वह तलाशी लै रहे आ, लब्भे नहीं पैसे। मेरे हत्थ विच गड़ी फड़ी हुई आ पाण दी, कहिंदे आह की आ? मैं क्या ए पैसे, रोटी नहीं खानी, किसी चाह नहीं पीनी। उसने एक रुपया कट के जेब च पा लिया, तो कहिंदा लै पे गड़वी, ये भी दया बाबे दी। फिर अगे की होया जी? अगे फिर आ गए, अगे उस ने तलाशी कर दिया पुल दे उत्ते, गांव कढ दे आ, जो पा पैसा खोल नहीं दिया। अगे उन्हें अड्डा बनाया एक, उत्थे आदमी वढ़ देंदे आ, सौ आदमी खड़दे आ, उन्हें वढ़ देंदे आ। ए साडा दिता वा टाइम दिता वा 10 बजे काफला भाई फेरू पहुँचेगा, उत्तों टाइम हो गया एक का। उन्होंने वार लासला वेखी, तो चीज जरा रौनक लान डे हुए, बिच आवाज आई, उन्हें कहना कितने आना वा, वो मारी जान डे हो। फिर उत्थे मिलिट्री आई हिंदुओं की थोड़ी, एक अंग्रेज आया,
ਜਦੋਂ ਬੈਠੇ ਹੋਏ ਸਾਰੇ ਇਕੱਠੇ ਹੋ ਕੇ ਚਾਰ ਸਫੇਦ ਲਟੇਰੇ ਇੱਦਾਂ ਵਾ ਵਿੱਚ ਬੈਠੇ ਹੋਏ ਸੌ ਆਦਮੀ ਦੂਜੇ ਨੰਬਰ 'ਤੇ ਸਾਡਾ ਆ ਗਿਆ ਚਲੋ ਭਾਈ ਕਬਰਸਤਾਨ 'ਤੇ ਇਹੋ ਹੀ ਆ ਚਲੋ ਕਰੋ ਯਾਦ ਦੇਵੀ ਨੂੰ ਪੂਜੋ ਉਹ ਗੁਰੂ ਨੂੰ ਪੂਜਣ ਵਾਲਿਓ ਪੂਜੋ ਗੁਰੂ ਆਪਣੇ ਨੂੰ ਹੁਣ ਵੇਲਾ ਸਹਾਇਤਾ ਕਰਨ ਦਾ ਸਹਾਇਤਾ ਕਰੇ ਚੌਂਕੜੀਆਂ ਮਾਰ ਕੇ ਬਹਿ ਗਏ ਔਰ ਜੇ ਕੋਈ ਪੰਜ ਮਿੰਟ ਉੱਠ ਕੇ ਜਾਏਗਾ ਤਾਂ ਅੱਗੋਂ ਮਰ ਜਾਏਗਾ ਉਹਨਾਂ ਵੱਲ ਜਾਏਗਾ ਅਤੇ ਪੰਜ ਮਿੰਟ ਅਸੀਂ ਮਗਰੋਂ ਮਰ ਜਾਂਦੇ ਔਰ ਭਾਈ ਰਾਣਾ ਕਿਸੇ ਨਹੀਂ ਸਭ ਨੇ ਮਰ ਜਾਣਾ ਮਾਲਕ ਨੇ ਇੱਕ ਅੰਗਰੇਜ਼ ਭੇਜਿਆ ਗੱਡੀ ਛੋਟੀ ਦੇ ਵਿੱਚ ਉਹ ਜਦੋਂ ਬੈਠੇ ਹੋਏ ਹਾਂ ਉਸਨੇ ਆ ਕੇ ਰਫਲ ਵਾਲੇ ਸਾਡੇ ਚਾਰ ਸਵੇਰ ਉਹਨੇ ਫੈਲ ਕੀਤਾ ਬਰਾਂਜ ਗਿਆਨ ਉਹਨੇ ਚਲਾਈ ਉਹਦੀ ਖਰਿੰਗੜੀ ਆ ਉਹ ਉੱਡ ਗਈ ਕਿਸੇ ਬੰਨੇ ਲੱਭੀ ਨਹੀਂ ਕਿਤੇ ਫਿਰ ਸਾਡੇ ਨਾਲ ਬਲੋਚ ਵਾ ਮੁਸਲਮਾਨ ਮਿਲਟਰੀ ਉਹ ਜਦੋਂ ਲੁੱਟਣ ਦਾ ਵੇਲਾ ਵਾ ਉਹ ਤਾਂ ਉਹਨੂੰ ਫੈਲ ਕਰ ਦਿੰਦੇ ਵੀ ਆ ਜਾਓ ਹੁਣ ਹਾਂਜੀ ਉਹ ਰੱਖਣ ਵਾਲਾ ਬੜਾ ਡਾਢਾ ਵਾ ਉਹਨੇ ਖਰਿੰਗੜੀ ਤੋੜ ਦਿੱਤੀ ਅਤੇ ਮੁੜ ਕੇ ਭਾਈ ਸਾਹਿਬ ਅਸੀਂ ਆ ਗਏ ਫਿਰ ਅਸੀਂ ਸਾਡਾ ਅੱਡਾ ਆ ਗਿਆ ਫਿਰੋਜ਼ਪੁਰ ਦਾ ਪਹਿਲਾ ਅੱਡਾ ਉੱਥੇ ਆਇਆ ਉੱਥੇ ਫਿਰ ਇੱਕ ਪੁਲ ਪਾਸ ਕੀਤਾ ਇੱਕ ਪੁਲ ਦੇ ਉੱਤੇ ਛੋਲੇ ਲੱਗ ਕੇ ਬੈਠਾ ਹੋਇਆ ਵਾ ਉਹ ਛੋਲੇ ਦਿੰਦਾ ਦੂਸਰੇ ਪਾਸੇ ਪਾਣੀ ਵਾਲਾ ਬੈਠਾ ਹੋਇਆ ਵਾ ਉਹ ਪਾਣੀ ਪਿਆਦਾ ਅੱਗੇ ਗੱਡੀਆਂ ਲੱਗੀਆਂ ਹੋਈਆਂ ਵਾ ਮਿਲਟਰੀ ਦੀਆਂ ਉਹ ਵਿੱਚ ਭਾਲੀ ਜਾਂਦੇ ਆ ਉਹ ਲੈ ਜਾਂਦੇ ਆ ਫਿਰੋਜ਼ਪੁਰੋਂ ਜਿੱਥੋਂ ਸੜਕ ਨਿਕਲਦੀ ਮੋਗੇ ਨੂੰ ਉਹ ਸੜਕ 'ਤੇ ਸਾਡਾ ਤਾਰਾ ਪਹਿਲਾ ਉੱਥੇ ਡਾਕਟਰ ਛੱਡੇ ਹੋਏ ਆ ਡਾਕਟਰ ਟੀਕਾ ਲਾਉਂਦਾ ਰਾਸ਼ਨ ਵਾਲੇ ਬੈਠੇ ਹੋਏ ਆ ਆਟਾ ਦਿੰਦੇ ਆ ਲੂਣ ਮਿਰਚ ਦਾਲ ਦਿੰਦੇ ਆ ਬਾਲਣ ਦਿੰਦੇ ਆ ਜਾਓ ਭਾਈ ਜਿੱਥੇ ਮਰਜ਼ੀ ਪਕਾ ਕੇ ਖਾਓ ਉੱਥੇ ਅਸੀਂ ਦੋ ਦਿਨ ਰਹੇ ਹਾਂ ਰਾਸ਼ਨ ਖਾਂਦੇ ਰਹੇ ਫਿਰ ਅਸੀਂ ਸੋਚਿਆ ਵੀ ਆਪਣੇ ਬੰਦਿਆਂ ਦਾ ਪਤਾ ਕਰੀਏ ਉਹ ਕਿੱਥੇ ਹੈਗੇ ਆ ਗੱਡੀ ਫਰੀ ਚੱਲਦੀ ਰੇਲ ਉਦੋਂ ਕਿਰਾਇਆ ਕੋਈ ਨਹੀਂ ਹੈਗਾ ਇਹਦਾ ਗੱਡੀ 'ਚ ਬਹਿ ਗਏ ਕਪੂਰਥਲੇ ਆ ਗਏ ਕਪੂਰਥਲਿਓਂ ਆ ਗਏ ਜਲੰਧਰ ਗੱਡੀ ਆ ਗਈ ਦਿਨ ਦਾ ਚੜਾਅ ਆ ਉੱਥੇ ਇੱਕ ਤਨੂਰ ਵਾਲਾ ਰੋਟੀਆਂ ਪਕਾ ਕੇ ਰੱਖੀ ਜਾਂਦਾ ਉਹ ਦਿੰਦਾ ਕਿਸੇ ਨੂੰ ਨਹੀਂ ਉੱਥੋਂ ਅਸੀਂ ਰੋਟੀ ਰਾਟੀ ਖਾਧੀ ਜਾਣਾ ਵਾ ਅਸੀਂ ਅੰਮ੍ਰਿਤਸਰ ਰੋਟੀ ਰਾਟੀ ਖਾ ਕੇ ਅਤੇ ਅਸੀਂ ਗੱਡੀ ਦੇ ਵਿੱਚ ਬਹਿ ਗਏ ਗੱਡੀ ਤੁਰ ਪਈ ਆ ਅੰਮ੍ਰਿਤਸਰ ਨੂੰ ਜਿਉਂ ਗੱਡੀ ਤੁਰੀ ਆ ਗੱਡੀ ਉੱਥੇ ਆਪਣੀ 5 ਵਜੇ ਮੀਂਹ ਵਰਦਾ ਮਾੜਾ ਮਾੜਾ ਅੰਮ੍ਰਿਤਸਰ ਗਏ ਅਤੇ ਕਹਿੰਦੇ ਆ 5-4 ਬੰਦੇ ਹੈਗੇ ਆ ਗੱਡੀ 'ਚੋਂ ਪੂਰੀ ਗੱਡੀ ਵੱਢੀ ਗਈ ਅੰਮ੍ਰਿਤਸਰ ਸਟੇਸ਼ਨ ਦੇ ਉੱਤੇ ਵੱਢੀ ਗਈ ਸਾਡੀ ਗੱਡੀ ਦੇਖ ਲਓ ਸਵੇਰ ਦੀ ਤੁਰੀ ਹੋਈ ਤੁਕਾਰਾਂ ਨੂੰ ਉਪੜੀ ਇਹ ਮੀਂਹ ਵਰਦਾ ਵਾ ਮਾੜਾ ਮਾੜਾ ਹੁਣ ਉੱਥੇ ਅੰਮ੍ਰਿਤਸਰ ਚਲੇ ਗਏ ਹਾਂ ਜਾਣ ਡੇ ਹੋਇਆ ਇੱਕ ਬੰਦਾ ਕਹਿੰਦਾ ਤੁਹਾਨੂੰ ਥਾਂ ਨਹੀਂ ਮਿਲਣਾ ਕਿਤੇ ਰਹਿਣ ਨੂੰ ਤੁਸੀਂ ਅੰਮ੍ਰਿਤਸਰ ਉੱਥੇ ਨਾ ਗੁਰੂ ਰਾਮਦਾਸ ਦੀ ਸਰਾਂ ਚਲੇ ਜਾਓ ਉੱਥੇ ਤੁਹਾਨੂੰ ਥਾਂ ਮਿਲੇਗਾ ਉੱਥੇ ਗਏ ਦੁਨੀਆ ਸਰਾਂ 'ਚੋਂ ਬਾਹਰ ਖੜ੍ਹੀ ਅਤੇ ਛਿੱਟਾਂ ਵਰਦੀਆਂ ਉਸੇ ਰਾਹ ਫਿਰ ਹੀ ਆ ਗਏ ਉਹ ਕਹਿੰਦਾ ਬੁੱਢਾ ਫਿਰ ਉਹ ਬੋਲਿਆ ਕਹਿੰਦਾ ਨਹੀਂ ਮਿਲਿਆ ਹੈ ਜੀ ਉਹ ਦੁਨੀਆ 'ਚ ਬਾਹਰ ਬੈਠੀ ਹੋਈ ਆ ਤਾਂ ਕਿੱਥੇ ਮਿਲਣਾ ਅੱਛਾ ਆਹ ਸਾਹਮਣੇ ਮਕਾਨ ਨਾ ਜਾਓ ਤੇ ਜੱਗ ਬਹਿ ਜਾਓ ਨਾਲ ਚੁਬਾਰਾ ਵਾ ਚੁਬਾਰਾ ਡਿੱਗਣ ਡਿਆ ਅਤੇ ਉਹਦੇ 'ਚ ਤਾਂ ਕਿਸੀ ਬਹਿ ਗਈ ਰਾਤ ਅੱਧੀ ਹੋਈ ਅਸੀਂ ਕਿਹਾ ਇਹ ਸਾਡਾ ਕੋਠਾ ਵੀ ਢਹਿ ਜਾਣਾ ਅਤੇ ਥੱਲੇ ਆ ਕੇ ਅਸੀਂ ਮਰ ਜਾਣਾ ਚਲੋ ਉੱਠ ਉੱਠਦੇ ਨਿਕਲ ਜਾਓ ਬਾਹਰ ਉਹ ਬੁੱਢੇ ਕੋਲ ਜਾ ਕੇ ਬਹਿ ਗਈ ਉਹ ਸੁੱਤਾ ਹੋਇਆ ਸੀ ਜਦੋਂ ਉੱਠਿਆ ਕਹਿੰਦਾ ਤੁਸੀਂ ਫਿਰ ਆ ਗਏ ਹੋ ਇਹ ਕਿਹਾ ਜੇ ਅਸੀਂ ਆਏ ਗਏ ਹਾਂ ਤਾਂ ਸਾਨੂੰ ਹੁਣ ਥੱਲੇ ਦੇ ਕੇ ਮਾਰ ਜਾਣਾ ਤੈਨੂੰ ਪਤਾ ਝੋਰਾ ਡਿੱਗਣ ਡਿਆ ਆਹੋ ਅਤੇ ਸਾਡਾ ਮਕਾਨ ਵੀ ਡਿੱਗ ਪੈਣਾ ਵਾ ਅਸੀਂ ਤੇਰੇ ਕੋਲ ਕੀ ਲੈਣਾ ਵਾ
रात कटनी आ बह के तो दिन ही चले जाना। अच्छा दिन चढ़ गया, जेडे दो आदमी मेरे नाल वा वो कहिंदे आ मिला ले ले चौल किलो तो तू चाड़ तो अ शहर च जागी पता कर जाइए। उत्थे जोड़ा पीपल पक्षी करता वा साडा वो शरीके चो मामे का पुत भरा लगता जो इधर रौला पिया तो पिंड चले गया, पिंड चले गया उधर रौला पिया तो दुकान पर आ गया। कहिंदे इत्थे दुकान मा उहदी जोड़ा पीपल से सारा पता ही कर लिया वा तेरे बंदे घुमाने चले गए ये साढ़े बंदे उटाले चले गए पता लग गया सारा पर तू इत्थे रह जा। मैं कहा चंगा मैं उहदे कोल रह गया। हुण उह मुरमुरा बनाउंदा काम करदा मैनूं उह कहिंदा वा कोई पैसा कर लै मेरे नाल मेरी जिहड़ी मां वा उहदी भूआ लगदी आ वो कहिंदा मैनूं भूआ ने मार देना उहने कहिणा मेरा मुंडा मुफ्त रख्या पैसे करके रख इहनूं ते उहदा फिर मैं कहा फिर चलो जे पैसे करने आ तो 25 रुपया रोज़ दे दे कर 30 रुपया महीना दे दे कर ये उहदे कोल जिहड़ा हैगा दुध रात नूं पीण नूं देना खाण नूं चंगी रोटी देनी नीरे सवाकों ने मेरे गल पाती। उत्थे मैं 5-4 दिन रहा ते मगरों साडा ये चले गया साबण साहब गुरबख्श सिंह चाचा लगता उहनूं पता लगा भी वह अमृतसर आ गया। वो कहिंदा आ भाई चलीए तेरा भरा गुजर गया हुण तू पिंड चल। तो फिर मैं भाई दिन घुमाणी आ गया फिर दोस्त रह के फिर गए अमृतसर। वो कहिंदा पैसा कोई खड़िया मैं कहा पैसा जी हुण दे दे उहदे कोल समान ही लैंदा अपना पक्षी दे बनाउण वाला उहने समान देता। फिर आ गई ਕਿਸੇ ਘੁਮਾਉਣ 'ਚ ਕੰਮ ਕਰਦੇ ਰਹੇ ਹਾਂ ਬਸ ਫਿਰ ਨਹੀਂ ਗਏ। ਫਿਰ ਮਨ 'ਚ ਫੁਰਨਾ ਫੁਰਿਆ ਮੇਰਾ ਵੀ ਲੋਕ ਕਿਤੇ ਬਾਹਰ ਜਾਂਦੇ ਆ ਅਤੇ ਆਪਾਂ ਵੀ ਬਾਹਰ ਚੱਲੀਏ। ਜਦੋਂ ਭਾਖੜ ਦਾ ਡੈਮ ਬਣਦਾ ਉੱਥੇ ਚਲੇ ਗਏ ਕਪੂਰੇ ਰਹਿਣਾ ਮੈਂ ਉਦੋਂ ਉਸ ਟਾਈਮ ਦੇ ਵਿੱਚ ਜੱਟ ਭਰਾ ਵਾ 4-5 ਮੈਂ ਚਲੇ ਗਿਆ ਭਾਖੜੇ ਡੈਮ 'ਤੇ ਕੰਮ ਕਰਨ ਵਾਸਤੇ ਤੁਰ ਕੇ ਗਏ। ਉਸ ਸਾਲ ਦੇ ਵਿੱਚ ਖਾਣ ਨੂੰ ਛੋਲੇ ਮਿਲਦੇ ਆ, ਛੋਲੇ ਮਿਲਦੇ ਕਣਕ ਨਹੀਂ ਮਿਲਦੀ ਖਾਣ ਨੂੰ। ਅਸੀਂ ਗਏ ਰਾਜ ਆਇਆ ਸ਼ਹਿਰ ਉਨਾ ਉੱਥੋਂ ਛੋਲੇ ਲੈ ਲਏ ਮਨ ਪੱਕੇ ਆਟਾ ਪਿਆ ਕੇ ਚੁੱਕ ਲਿਆ ਤੁਰ ਕੇ ਗਏ ਭਾਈ ਭਾਖੜੇ ਅੱਪੜੇ। ਉੱਥੇ ਜਾ ਕੇ ਠੇਕੇਦਾਰ ਦੇ ਕੰਮ ਕਰਨ ਲੱਗ ਪਏ ਉਹਦੀ ਰੋਟੀ ਖਾਣ ਲੱਗ ਪਏ ਉਹਦੀ ਚਾਹ ਮਿਲਦੀ ਉਹ ਆਟਾ ਹੀ ਉੱਦਾਂ ਹੀ ਫਿਰ ਵੇਚ ਦਿੱਤਾ। ਪਰ 13 ਦਿਨ ਕੰਮ ਕੀਤਾ ਇਹ ਮੂੰਹ ਇੱਕ ਵਾਰ ਨਹੀਂ ਧੋਇਆ ਅਤੇ ਮੈਂ ਕਿਹਾ ਉਹ ਦੀਪ ਇੱਥੇ ਕਾਹਦਾ ਕਮਾਈ ਆ ਉਹ ਮੂੰਹ ਨਹੀਂ ਧੋਣਾ ਨਹਾਉਣਾ ਤਾਂ ਕਿਤੇ ਰਹਿ ਗਿਆ ਔਰ ਮੈਂ ਚਲ ਜਾਣਾ ਕੰਮ ਤੇ ਮੈਂ ਨਹੀਂ ਰਹਿਣਾ ਇੱਥੇ ਮੇਰਾ ਹਿਸਾਬ ਕਰਾ ਦੇ। ਇਹ ਉਹ ਠੇਕੇਦਾਰ ਦੇ ਕੋਲ ਹਿਸਾਬ ਕਰਨ ਗਏ ਕਹਿੰਦਾ ਦੀਪ ਇਹ ਮੁੰਡਾ ਕੰਮ ਕਰੇਗਾ ਇਹ ਕਹਿੰਦਾ ਮੁੰਡਾ ਕੰਮ ਕਰਨ ਆਇਆ ਹੀ ਮੁੰਡਾ ਨੱਚਣ ਤਾਂ ਨਹੀਂ ਆਇਆ ਇੱਥੇ ਪਰ ਇਹਦੇ ਭਰਾ ਦਾ ਵਿਆਹ ਆ ਗਿਆ ਇਹਨੇ ਹੁਣ ਪਿੰਡ 'ਤੇ ਜਾਣਾ ਹੀ ਜਾਣਾ ਵਾ ਅਤੇ ਉਹ ਮੈਂ ਫਿਰ ਆ ਗਿਆ ਘੁਮਾਉਣੀ ਅਤੇ ਬਾਬੇ ਨਾਮਦੇਵ ਅੱਗੇ ਅਰਦਾਸ ਕੀਤੀ ਬਾਬਾ ਜੀ ਇੱਕ ਵਾਰੀ ਪਿੰਡ ਵਾੜ ਦੇਵੋ ਅਤੇ ਮੈਂ ਫਿਰ ਬਾਹਰ ਪਿੰਡ ਨਹੀਂ ਜਾਵਾਂਗਾ ਅਤੇ ਭਾਈ ਜੀ ਮੈਂ ਫਿਰ ਘੁਮਾਉਣ ਦੇ ਵਿੱਚ ਹੀ ਸੇਵਾ ਸੰਤੀ ਜੋ ਹੀ ਕਰਦਾ ਰਿਹਾ ਵਾਂ ਫਿਰ ਇੱਥੇ ਰਿਹਾ ਮੈਂ ਅਤੇ ਇਹ ਸੇਵਾ ਵੀ ਮਹਾਰਾਜ ਦੇ ਘਰ ਦੇ ਕਰਦਾ ਰਿਹਾ ਮੈਂ ਕਦੀ ਸਾੜ ਸੇਵਾ ਕੀਤੀ ਕੁੜੀਆਂ ਦੇ ਨਾਲ ਸਿਕੰਦਰਪੁਰ ਪਾਣੀ ਪਿਆਇਆ ਅਤੇ ਲੰਗਰ ਜੀ ਕੰਮ ਕੀਤਾ ਇਹ ਸਾਰੀ ਬਾਬੇ ਜਮਰ ਸਿੰਘ ਜੀ ਦਇਆ ਵਾ ਜਿਹਨਾਂ ਨੇ ਇੰਨਾ ਕੰਮ ਕਰਾ ਦਿੱਤਾ। ਹੁਣ ਵੇਖੋ ਰੋਟੀ ਬੜੀ ਸੋਹਣੀ ਮਾਲਕ ਦਿੰਦਾ ਹੁਣ ਮੇਰੇ ਗੋਡੇ ਵੀ ਪੂਜ ਕਰਦੇ ਆ ਅੱਖਾਂ ਤੋਂ ਵੀ ਰਹਿ ਗਿਆ ਵਾਂ ਇਹ ਸ਼ੁਕਰ ਹੈ ਮਾਲਕਾ ਤੇਰਾ ਲੱਖ ਲੱਖ ਵਾਈ ਸ਼ੁਕਰ। ਅੱਛਾ ਬਾਬਾ ਜਿਹੜੇ ਤੁਹਾਡੇ ਭਾਈ ਸਾਹਿਬ ਉੱਧਰੋਂ ਆਏ ਸੀ ਉਹਨਾਂ ਦੀ ਡੈਥ ਹੋ ਗਈ ਇੱਧਰ ਆ ਕੇ? ਹਾਂਜੀ ਜਿਹੜੇ ਤੁਹਾਡੇ ਭਾਈ ਸਾਹਿਬ
देखो जी मैं तो कल आया ना उधरों जो पिंडो बुटर पिंड चो आए जो पिंडो आए ना पिंडो देखो डेरा बाबे नानक का है ना ये सफर अद्ध बिच इतना अगे आ सियालकोट डेरे तो जिन्ना इतों डेरा वा इन्ना अगे सियालकोट वा वो सा राह नेड़े आते जो आते रहे ना भंडारे से सख्त आँदी आ भंडारे से तुर के आते रहे सियालकोट तुर के आते रहे उन्होंने कहना साढ़े यार बच्चा है चलो डेरे ला चलीए उ हल वग जी होंगे सी तो राह नेड़े आ तो मैं एक महीना सफर किया जी महीने बाद मैं लगा महीना तुर के आया जो पूरा पिंड वाले सफर ही थोड़ा बिलकुल पिंड वाले ठीक आ गए सारे बुटर पिंड वाले उन्होंने तो नहीं हमला होया पिंड वाले जो आए ना सारे सारे इतने डेरे आते डेरे आ गए तो डेरे आकर उन्होंने महाराज ने हुक्म दिता जाओ कमान चले जाओ कमान जाओ उत्थे जा के बलवंत सिंह नूं मिलो तुहानूं पिंड वेखदे जिमीदारां नूं जिमीदारां नूं उन्होंने दिखा लिया एक काला दिखा लिया जिमीदारां नूं काला नहीं दिसंदे आया फिर दुकोए नूं लै गए मड दिखा ले मड नहीं पसंद आया कपूरे चले गए और जट जिहड़े साडे पिंड दे सी ना उन्हां दा कपूरा पसंद किया वह रह गए जिहड़े कमी आ उत्थे चम्यार झूर इतें रह गए घुमाणा दे विच ही असीं तो मेहनत करने हैं असी कड़ी पैली बहुने हाँ तो भाई वो सारे फिर इतें रह गए बह गए ठीक तो बाबा जी वो पिंड कदी कदी फिर याद आ जाता बुटर पिंड सियाने कहिंदे आ छड़े ग्रां लैणा की ना पर फिर भी याद तो आई जाती है यादा तो कहदा जोर आ जी मैं याद कद नहीं उस मालवी दया याद भुला देता नहीं याद भुला फिर हम बिल्कुल ही थोड़ा भुल जाता कदी कदी तो आ जाता होना ये गल है याद नहीं आता पर मैं सुखने उ फिर रहना पिंड अपने अच्छा जी अपनी दुकान से भी गया जितों आया वहाँ उत्थे देखिया मैं खाली दुकान वहाँ ये बेगियाँ दो पहियाँ हुई एक ऐप ने खड़ी ऐप ने सुखने च मन भजा फिरता पर आप मन उसका दिन नहीं जाने सुखना आता रहा ये दुकान कितने वाली जड़ा वाले वाली जी जड़ा मतलब सताई चक रहने सताई चक सबदा सबदा शहर चाह के देखते हैं अच्छा अच्छा रहने उत्ते रात उत्ते तो उसे देखो ना जायदार मुखतौर सिंह आदा मुंडा केड़ सौ नौकर वा फौज में बजन मुंडा वाही करता तीन मुंडे वे आ जो निकले हाँ भाई बजन से जा पुत और मुसलमान मुसलमान चुराग वा असबाजी बना जा कहो वो भैन साढ़े घरों लस्सी पी पी के पलिया हाँ सानू बजन की वजूद दस दे साडा वसीला कोई है बजन का वो बोलिया कह लगा देखो जी ता एक वसीला वा तुम समान ना खड़ो ताडो वाल नहीं चंगा जिन के पैना वा तू मारना ताड़ा समान लुटना तुम समान ना खड़ो ताडो वाल नहीं चंगा हाँ बचन सिया पुत इतें कमाई की इतें ही रहन दो पिंड जावे तो फिर कमाई कर लेंगे मैं असी वेख लो उन्होंने गड्डे उत्ते कहिंदा चल तू उत्थे मूंगफली बड़ी होंदी आ बेचिया कर ते फिर मैं ते मोना ही उन्होंने सरदार रिश्तेदार फिर राह चा कि भलेखा पै जाऊंगा मुसलमान कौन ते हिंदू कौन वा पता नहीं लगता केड़ा वा एक जगह आ गए ना काफले बिच रंग घोल जा खट्टा ते उत्ते पाई जां छुट्टे मारन अपनी निशानी करती भी हिंदू आ ये निशानी लाती ये देखो कई मुसीबत पा एक मालिक कट दिता रह नहीं दिता बबे सताई चक के कि निकले से तुम वह भी कहानी पूरी सुनाओ तो पिंड चो कि निकले पिंड चाहे जी बस जो कीड़िया निकलद बाहर निकलते तुरते 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 फिर काफिला बनता चले गया
इकट्ठे होंदे गए। पिंड दे मुसलमानां नूं मिल के आए सी? ना जी, किसे ने उन्हें मिले? किसे ने मत कीती नेड़ले पिंडां दे बंदियां ने? पिंडां च मत कई करदे रहे आ, पर साडी नहीं किसे ने कीती। साडी ओह मालिक ही करदा रहा, साडी नहीं कीती किसे ने। साडे तो जिथे रहिंदे आ ना ही, उत्थे पराली स्कूल दा मास्टर वा, जिस मकान च मैं रहना वा, वह भी रहा उस मकान के बच्चे ही। वो बचिया एडे ने चार मैनू कहता साढ़े कमरे च आ जाओ। बच्चे ने रात पानी नहीं मंगया, रोटी नहीं मंगी, वो मालिक की दया देख लो। वो माल मास्टर ज्यों बदलिया ना, मैनू भख भख जो जाम से मिलता, कहता वेख कितने मैं गैंची मार। वो कहता लै पैसे इतने चाह जी दुकान पा के बह जा, गैंची मार तू बनया फिरदा वा है जी। मैं क्या नहीं, मन च सोचा बिन्ने पैसे मंगे ने दे देने, पर मैं तो नहीं ना मोड़ना कोई। मैं नहीं मोड़ना, मैं तो नपाड़ा। और लोग तो लिखे पैसे नहीं देंगे, मैनू कौन पैसा देगा? ओए मैं नहीं पैसा लड़ा कोई, मेरे को मोड़ना नहीं। मैं मास्टर जी मैं नहीं कोई लैना पैसा। चंगा जो बदले जलंधर छावनी से मिलया मैं, मैं छावनी च रही ना। मैं कहा मास्टर जी जे कदे आना हो ते मेरे बूहे लगे निम का बूटा बड़ा बड़ा दूरों दूर लालकुर्ते बाजार जो मैं रहना। वो कहना वेख भैया मैं भी इतने रहना वा, यह डिपू आ मेरे को आटे का, मैं डिपू देना 10 किनिया बोरिया दवा आटे दियाँ, हैं किनिया बोरिया दवा। वो मालका वो कहते हिंदू खावे ते गऊ, और मुसलमान सूर हक बगाना खाना नहीं है। वो तू बोरिया दो खानी आटे दियाँ। मास्टर जी मैं नहीं लैना, मैं अपने घर रहना वा, मैं नहीं लैना। अच्छा फिर चलेगा मास्टर कह लगा और बोरियां ले ला खाली कितने विछा लिया करी। और मैं क्या जी बारह ने दी बोरी आ, मन च भावना नहीं आई पैसा कोई दूजे का खाण से। बाबा जी मैंने एक गल दस्यो, जेड़े जेड़े सताई चक वाले सके, हाँ वो जट कितने आ गए इधर बैठे आ? उन्होंने जटा मैं थोड़ा पता है, ये काले बैठे हुए। अच्छा जी काले, ये सुन लो नहीं सताई चक वाले के बुटर वाले? सताई चक वाले। अच्छा बुटर वाला कोई नहीं, तो बुटर वाले कितने बैठे आ? बुटर वाले चले गए संबराला रायपुर तंजाड़ा, वह तंजाड़े भी चले गए। अच्छा कभी गए मिलने उन्होंने? एक बार गया मैं। कितने साल बाद? बहुत चिर गया, गया ही मैं उसे, मेरा मामा रहा ही उन्हें को मैं मिलने गया मामे को। साढ़े हुशियारपुर भी रेंदे आ बाबा जी? अच्छा भागोवाल। अच्छा जी वो उसे मैं गया तो फिर देखा, पर ये साव लाया सियाने कहते साख मिलदियाँ दे खूह आंदियाँ दे डल हो जाती है, कोई साग वा मिलता ना वो साग वा, जो नहीं मिलता वो कुछ नहीं है, वो कुछ नहीं। हम मेरे जिन्हें है साग कोई नहीं मिलता, पुराने हो गए सब, गाड़ी पुरान नवा चल पाया। हाँ हाँ है ठीक है, गाड़ी गाड़ी जड़ी पीढ़ी रहने उस दिन प्यार नहीं। जो तुम समराले को गए अपने ग्राइया मिलन, हाँ तो फिर मज़ा नहीं आया पुराना? मज़ा नहीं आया, मज़ा नहीं आया, तो जिन्हें दे कोल में रहिंदा ही कोई पछाणदा नहीं। गल उत्थे मुकदी आ गई, मिलदियां दे यार वांदियां दे खूह, जिहदे नाल रहिए ना उह या होर नहीं कोई। ते तुहाडे पिंड वाले की दसदे सी कि उत्थे रह तां नहीं गया बुटरां वाला जां मारिया तां नहीं गया? नहीं दे देखो साडे बुटरां वालिआं ने अर्ज कीती आ, दो शरक आ दो शरकां दे विच साडा पिंड, ये अर्ज की महाराज की सौन सिंह की। महाराज ने यह जवाब दिता कि तुम सड़कों बाहर नहीं जाना,
ਮਤਲਬ ਤੁਸੀਂ ਤੁਹਾਨੂੰ ਮਾਰ ਨਹੀਂ ਜਾਣਾ, ਤੁਹਾਡਾ ਵਾਲ ਨਹੀਂ ਚੰਗਾ। ਸਾਡੇ ਬੁੱਟਰ ਵਾਲੇ ਪਹਿਲਾਂ ਤੋਂ ਰਾਧਾ ਸਵਾਮੀ ਬਣੇ ਹੋ ਸੀ? ਹਾਂਜੀ, ਪਹਿਲਾਂ ਜੀ ਪਾਕਿਸਤਾਨ ਦੇ ਪਹਿਲਾਂ ਜੇ ਆਉਂਦੇ ਰਹੇ। ਸਾਡਾ ਦਾਦਾ ਆਉਂਦੇ ਰਿਹਾ ਨਾ, ਦਾਦਾ ਸਤਸੰਗੀ ਆ, ਤੁਰ ਕੇ ਆਉਂਦੇ ਰਹੇ, ਤੁਰ ਕੇ। ਗੱਡੀ 'ਚ ਨਹੀਂ ਆਉਣਾ, ਤੁਰ ਕੇ ਆਉਣਾ ਉਹਨਾਂ ਨੇ। ਤੁਸੀਂ ਵੀ ਆਉਂਦੇ ਰਹੇ ਪਾਕਿਸਤਾਨ ਬਣਨ ਤੋਂ ਪਹਿਲਾਂ? ਹਾਂਜੀ, ਤੁਸੀਂ ਵੀ ਪਾਕਿਸਤਾਨ ਬਣਨ ਤੋਂ ਪਹਿਲਾਂ ਆਉਂਦੇ ਨੇ? ਨਹੀਂ, ਮੈਨੂੰ ਤਾਂ ਪਤਾ ਹੀ ਕੋਈ ਨਹੀਂ, ਘੁਮਾਉਣ ਕਿੱਥੇ ਆ, ਡੇਰਾ ਕਿੱਥੇ ਆ, ਬਿਆਸ ਕਿੱਥੇ, ਮੈਨੂੰ ਪਤਾ ਹੀ ਕੋਈ ਨਹੀਂ। ਸਾਨੂੰ ਪਤਾ ਹੀ ਕੋਈ ਨਹੀਂ ਹੈਗਾ। ਤੁਸੀਂ ਇਹ ਪਿੰਡ ਨੂੰ ਤਦੇ ਚੁਣਿਆ ਨਾ ਡੇਰੇ ਕਰਕੇ? ਮੈਂ ਬਾਬਾ ਕਰਕੇ, ਬਾਬਾ ਜੀ ਕਰਕੇ। ਮਹਾਰਾਜ ਦੇ ਸਤਸੰਗ ਸੁਣਿਆ ਮੈਂ ਸਿਆਲਕੋਟ ਦੇ ਵਿੱਚ। ਅੱਛਾ, ਮਹਾਰਾਜ ਸਿਆਲਕੋਟ ਗਿਆ, ਉੱਥੇ ਮੈਂ ਸਤਸੰਗ ਸੁਣਿਆ, ਪਹਿਲਾ ਸਤਸੰਗ ਉਹ ਸੁਣਿਆ ਬਚਪਨ ਦੇ ਵਿੱਚ। ਉਦੋਂ ਗੱਡੀ ਨਹੀਂ ਚੱਲਦੀ ਕੋਈ, ਟੰਗ ਹੀ ਹੁੰਦੇ ਸੀ, ਤੁਰ ਕੇ ਜਾਣਾ ਲੋਕਾਂ। ਪਹਿਲਾ ਸਤਸੰਗ ਮੇਰਾ ਉਹ ਸੁਣਿਆ ਮੈਂ, ਅਤੇ ਬਾਅਦ 'ਚ ਕਈ ਸੁਣਿਆ ਫਿਰ। ਅਤੇ ਬਾਬਾ ਜੀ, ਤੁਹਾਡੇ ਆਪਣੇ ਪਿੰਡਾਂ ਦੇ ਵਿੱਚ ਭਲਵਾਨ ਵੀ ਬੜੇ ਹੋਣੇ ਆ? ਭਲਵਾਨ ਹੈਗੇ ਸੀ। ਤੁਸੀਂ ਗੁੰਗਾ ਪਹਿਲਵਾਨ ਦੇਖਿਆ ਕੁੱਲ ਦਾ? ਹਾਂ। ਉਹਦੇ ਬਾਰੇ ਵੀ ਦੱਸੋ ਦੋ ਕੁ ਗੱਲਾਂ। ਇੱਕ ਜਾਤ ਪਖੀਰ ਹੁੰਦੀ ਹੈ। ਹਾਂਜੀ, ਉਹ ਦਾਰਾ ਹੁੰਦਾ, ਦਾਰਾ ਮਤਲਬ ਦਾਰਾ, ਮੈਂ ਸਮਝ ਗਿਆ, ਅੱਗ ਲਾਉਣੀ, ਅੱਗ ਰਹਿਣੀ, ਪਖੀਰ ਹੋਵੇ ਵੀ ਆਇਆ ਗਿਆ ਹੁੱਕ ਜਾਗ ਤਰੇ। ਹਾਂਜੀ, ਉਹ ਦਾਰਾ ਉਹਨਾਂ ਉਹਨਾਂ ਦੀ ਜਾਤ ਹੁੰਦੀ ਪਖੀਰ। ਪਖੀਰ ਜਾਤ ਦਾ ਇੱਕ ਲਟਕਾ ਵਾ, ਇਹ ਖੱਤਰੀਆ ਜਾਤ, ਖੱਤਰੀਆਂ ਦੀ ਉਹਨਾਂ ਦਾ ਲਟਕਾ ਵਾ। ਉਹ ਕੌਡੀ ਖੇਡਦੇ ਆ ਦੋਵੇਂ, ਖੱਤਰੀ ਵੀ ਅਤੇ ਫਕੀਰ ਵੀ। ਉਹਨਾਂ ਦਾ ਜੁੱਟ ਬਣਿਆ ਪੂਰਾ ਕੌਡੀ ਦੇ ਵਿੱਚ, ਪਰ ਉਹ ਦੋਵੇਂ ਇੱਕ ਨੰਬਰ ਆ, ਉਹ ਦੋਵੇਂ ਫੜੇ ਨਹੀਂ ਜਾਂਦੇ ਕਿਸੇ ਕੋਲ। ਬਾਕੀ ਢਾਣੀ ਪੂਰੀ ਆ, ਪਰ ਇੱਕ ਨੰਬਰ ਉਹ ਦੋਵੇਂ ਆ, ਉਹ ਨਹੀਂ ਕਿਸੇ ਕੋਲ ਫੜੇ ਜਾਂਦੇ। ਇਹ ਪਾਣੀ ਨੇ ਸਲਾਹ ਕਰ ਲਈ ਚੋਰੀ ਕਰਨੀ ਆ, 12 ਘਰ ਗਿਣ ਲਏ, ਇਹ ਲੁੱਟਣੇ ਲੁੱਟਣੇ ਆ ਪਾਣੀ ਨੇ। ਪਹਿਲੀ ਚੋਰੀ ਕੀਤੀ, ਪੈਸਾ ਨਹੀਂ ਲੱਭਾ ਕੋਈ, ਲੀੜੇ ਬਹੁਤੀ ਦੇ ਲੀੜੇ ਉਹ ਚੁੱਕ ਲਏ ਬਹੁਤੀ ਦੇ। ਉਹ ਜਿਹੜਾ ਫਕੀਰ ਆ, ਉਹਨਾਂ ਦਾ ਖੂਹ ਹੁੰਦਾ ਸੀ ਉਜਾੜ 'ਚ ਦੂਰ, ਮਤਲਬ ਉੱਥੇ ਜਾ ਕੇ ਦੱਬੇ ਉਹਨਾਂ ਨੇ। ਹੁਣ ਵਿੱਚ ਇੱਕ ਬੰਦਾ ਵਾ, ਉਹਨੂੰ ਹਿੱਸਾ ਨਹੀਂ ਮਿਲਿਆ ਕੋਈ, ਉਹ ਮੁਕਰ ਬਣ ਗਿਆ, ਸਾਰੇ ਫੜਾ ਤੇ। ਪੁਲਿਸ ਵਾਲੇ ਗਾਲਾਂ ਕੱਢਣ, ਉਹ ਭੈਣ ਕੋਈ ਬੰਦਾ ਮਾਰ ਕੇ ਆਉਂਦੇ ਹੋ, ਲੜ ਕੇ ਆਉਂਦੇ ਹੋ, ਕੋਈ ਕੋਈ ਸ਼ੁਰਮਤੀ ਕਰਕੇ ਆਉਂਦੇ ਹੋ, ਤੜਾ ਫਿਰੇ ਮੂੰਹ ਤੁਹਾਡਾ ਹੈ। ਉਹ ਲੱਖ ਲੱਖ ਗਾਲਾਂ ਕੱਢਣ ਪੁਲਿਸ ਵਾਲੇ, ਲੀੜੇ ਚੁੱਕ ਲੈ ਬੁੱਢੀ ਦੇ, ਕਿਹੜੀ ਗਵਾਹੀ ਕੀਤੀ ਹੋ ਤੁਸੀਂ, ਵੇਖ ਕਿੰਨੇ ਯਾਦਗਾਰ ਮੰਨੇ ਕੌਡੀ ਦੇ ਵਿੱਚ, ਅਤੇ ਕਿਹੜਾ ਕੰਮ ਮੋਰੋਂ ਕਰ ਲਿਆ। ਉਹ ਤੁਹਾਡੇ ਪਿੰਡ ਦੇ ਬੰਦੇ ਸੀ? ਪਿੰਡ ਦੇ ਬੰਦੇ ਖਾਸ। ਕੀ ਨਾਂ ਕੀ ਸੀ ਉਹਨਾਂ ਦੇ? ਹੈ ਨਾਂ ਕੀ ਸੀ? ਉਹ ਨਾਂ ਤਾਂ ਭੁੱਲ ਗਿਆ ਮੈਨੂੰ, ਨਾਂ ਯਾਦ ਹੈ ਵੀ ਉਹ ਖੱਤਰੀਆਂ ਦੀ, ਉਹ ਪਖੀਰਾਂ ਦਾ ਮੁੰਡਾ ਸੀ, ਕੌਡੀ ਖੇਡਦੇ, ਦੋਵੇਂ ਇੱਕ ਨੰਬਰ ਸੀ। ਇਹ ਜਿਹੜੀ ਟਾਣੀ ਸਾਰੀ ਗਰਬ ਹੋ ਗਈ, ਗਿਣ ਲਏ 12 ਘਰ ਲੁੱਟਣੇ ਆ, ਇਹ ਲੁੱਟਣੇ ਲੁੱਟਣੇ ਆ, ਪਹਿਲੇ ਘਰ 'ਚ ਫੜੇ ਗਏ, 12 ਆਉਂਦੇ ਰਹਿ ਗਏ। ਅੱਛਾ ਅੱਛਾ ਅੱਛਾ। ਅਤੇ ਜਿਹੜਾ ਉਹ ਪਹਿਲਵਾਨ ਸੀ, ਗੁੰਗਾ ਪਹਿਲਵਾਨ, ਹੈ ਗੁੰਗਾ ਪਹਿਲਵਾਨ, ਗੁੰਗਾ ਪਹਿਲਵਾਨ ਦੀਆਂ ਗੱਲਾਂ ਸੁਣੀਆਂ ਹੋਈਆਂ ਵਾ। ਗੁੰਗਾ ਪਹਿਲਵਾਨ ਜਿਹੜਾ ਕਿ ਨਹੀਂ, ਉਹ ਬੜਾ ਜਵਾਨ ਤਗੜਾ ਹੋਇਆ, ਉਹ ਪਿਓ ਦਾ ਆਪਣਾ ਇਸ਼ਾਰਾ ਸਮਝਦਾ ਸੀ, ਇਸ਼ਾਰਾ ਜਿਹੜਾ ਘੁਲਦਾ ਨਾ ਕਿਸੇ ਨਾਲ, ਪਿਓ ਨੂੰ ਇਸ਼ਾਰਾ ਕਰ ਰਿਹਾ ਢਾ ਦਿਓ, ਉਹਨੇ ਚੁੱਕ ਕੇ ਢਾ ਲੈਣਾ, ਉਹ 'ਚ ਤੂੰ ਜ਼ੋਰ ਬੜਾ ਸੀ ਗੁੰਗੇ, ਗੁੰਗੇ 'ਚ ਬਹੁਤ ਜ਼ਿਆਦਾ ਜ਼ੋਰ। ਇੱਕ ਗਾਇਕ ਹੁੰਦਾ ਸੀ ਅਨਾਇਤ ਕੋਟੀਆ, ਅਨਾਇਤ ਕੋਟੀਆ ਘੁਮਿਆਰ ਹੋਇਆ, ਹਾਂਜੀ, ਉਹ ਬੜਾ ਗੋਈਆ ਹੋਇਆ, ਉਹ ਸੁਣਿਆ ਦੇਖਿਆ ਉਹਨੂੰ? ਦੇਖਿਆ ਸੁਣਿਆ ਹੀ ਆ, ਗੋਈਆ ਉਹ ਬੜਾ ਮਸ਼ਹੂਰ ਹੋਇਆ। ਨਾਇਤ ਰੁਕਿਆ, ਓਏ ਪੁੱਤਰ ਬੂਟਿਆ, ਉਹ ਲੱਕੜੀ ਕੀ ਜਾਂਦੀ ਆ, ਮਤਲਬ ਉਹ ਬਾਂਸਰੀ ਦਾ ਵੰਜ ਨੂੰ ਕਹਿਣਾ, ਉਹ ਪੁੱਤਰ ਬੂਟਿਆ ਵੇਖੋ ਲੱਕੜੀ ਕੀ ਕਹਿੰਦੀ ਆ। ਕੀ ਵੇਖਿਆ ਉੱਥੇ ਦੱਸੋ ਖੁੱਲ੍ਹ ਕੇ, ਕੀ ਵੇਖਿਆ ਉੱਥੇ ਦੇ, ਕਿਹੜੇ ਨਜ਼ਾਰੇ ਸੀ ਸਿਆਲਕੋਟ ਦੇ, ਡੱਸ ਕੇ ਕਦੀ ਗਏ ਸੀ ਜਾਂ ਹੋਰ ਸ਼ਹਿਰ ਕਿਹੜੇ ਕਿਹੜੇ ਵੇਖੇ? ਸਿਆਲਕੋਟ 'ਚ ਮੈਂ ਉਹ ਸਤਸੰਗ ਹੀ ਵੇਖਿਆ, ਜਾ ਕੇ ਸੁਣਿਆ,
मुड़के नहीं गया उसे बाबे की बेली आ गुरु नानक जी उस जिस जगह ने जी वह नाम बाबे की बेली कालो बेर होए और बाबे जी बेरिया का बेर कालो ये सुने है मैं तुसी अपनी कहानी सुनाओ भी हूँ कभी पिंड वेखण जाना ना जी बुटर ना हुण तो मालिक अपने चरणों च लै जाए ये आशा वा हर वेले हूँ सुपने आ जाते हूँ भी पिंड दे हाँ जी पिंड च मैं दसा तुम सुखने तो कई बार फिर के आई जा तो बाबा जी अपने पिंड वाले कोई सुनेहा दे दो ताड़ी गलबात सुननी है बुटर वाले ने अच्छा सताई चक वाल ने भी सुननी है अच्छा पहला तो बुटर वालों अपने जद्दी पिंड वालों कहो भी तुम कोई दिल दिया गहराइया तो करो गल लड़ाइया तो देख लो इन हो ना पर मोह मालिक ने साडे से कोई जुल्म नहीं आन दिता सानू तो ए रखे सामने जेडे बुटर पिंड से रेंदे आ हाँ उन्होंने कोई प्यार दिया सुनेहा दे दो प्यार तो मन नहीं करता नहीं करता प्यार मुक गया हूँ इन्ना वंडिया 107 साल देख ते बड़ी लगी आ हाँ जी बहुत ज्यादा तेज लगी हुई आ मन च आशा हुई ये पानी पीना तेज लगी हुई आ पानी भरा को पीना बड़ा चाव आ भरा पानी पीना और नलका पीले जाके और आज तो नलके बड़े छोड़ के आए मैं पी ली ना पानी जेड़े प्यार जाया सी वो प्यार टुट गया प्यार जाया ही भरा पानी लिया के दवे तो मैं पीवा ठंड पवे जी पर वो प्यार नहीं गया पानी मैं पी राज नलके बड़े छोड़ गया जे मैं नलके तो पीना ही तो मैं राज पी लेता ਤੁਹਾਡਾ ਦਿਲ ਟੁੱਟਿਆ ਆ ਥੋੜ੍ਹਾ ਜਿਹਾ ਦਿਲ ਚੁੱਕਿਆ ਗਿਆ ਹਰ ਪਾਸੋਂ ਕਿਸੇ ਪਾਸੇ ਨਹੀਂ ਇਹ ਸੰਸਾਰ 'ਚ ਜੋ ਬਣਿਆ ਮਜ਼ਬਲ ਦਾ ਬਣਿਆ ਜਿਹਨੂੰ ਮਜ਼ਬਲ ਹੈ ਉਹ ਜੱਫੀ ਪਾਏਦਾ ਜਿਹਨੂੰ ਮਜ਼ਬਲ ਨਹੀਂ ਉਹ ਆਵਾਜ਼ ਨਹੀਂ ਦਿੰਦਾ ਆਈ ਖਾਨਪੁਰ ਪਿੰਡ ਹੈ ਖਾਨਪੁਰ ਗੋਂਦਵਾਲ ਸਾਹਿਬ ਦੇ ਲਾਗੇ ਉੱਥੇ ਇੱਕ ਪਿਆਰਾ ਰੱਬ ਦਾ ਰਹਿੰਦਾ ਉਹਦਾ ਕੋਈ ਨਹੀਂ ਬਣਾਇਆ ਉਹਨੇ ਘਰ ਬਾਰ ਬਣਾਇਆ ਹੀ ਕੋਈ ਨਹੀਂ ਅੱਖਾਂ ਦੀ ਕੁਲੀ ਬਣਾ ਕੇ ਵਾਹ ਇੱਕ ਚੱਕੀ ਰੱਖੀ ਆਪਣੇ ਕੋਲ ਇੱਕ ਪਿਆਲਾ ਰੱਖਿਆ ਪਾਣੀ ਪੀਣ ਨੂੰ ਭਾਂਡਾ ਨਹੀਂ ਬਣਾਇਆ ਕੱਪੜਾ ਨਹੀਂ ਬਣਾਇਆ ਕੋਈ ਇੱਕ ਕੰਬਲ ਰੱਖਿਆ ਇੱਕ ਕੰਬਲ ਉਹ ਲੱਕੜਾਂ ਬੰਨ ਛੱਡਦਾ ਜਦੋਂ ਠੰਡ ਆਉਂਦੀ ਹੈ ਉੱਤੇ ਲੈ ਲੈਂਦਾ ਬਾਲਣ ਲਿਆ ਕੇ ਵੇਚਦਾ ਅਤੇ ਆਪਣਾ ਗੁਜ਼ਾਰਾ ਕਰਦਾ ਆਟਾ ਟੁੱਕੀ ਪੀ ਕੇ ਆਪ ਰੋਟੀ ਪਕਾ ਕੇ ਖਾਂਦਾ ਬਾਲਣ ਲੈ ਆਉਂਦਾ ਵਾ ਦੇਖਦਾ ਕੀ ਆ ਠੰਡ ਦੇ ਦਿਨ ਵਾ ਦੋ ਬੰਦੇ ਦਰੁਖਤ ਦੇ ਬੈਠੇ ਹੋਇਆ ਸੋਚਦਾ ਠੰਡ ਦੀ ਮੌਕਾ ਆਏ ਇਹ ਕੌਣ ਬੈਠੇ ਹੋਇਆ ਚਾਰ ਜਦੋਂ ਕੋਲ ਆਇਆ ਤਾਂ ਦੇਖਦਾ ਓਹੋ ਉਹ ਤਾਂ ਮੇਰਾ ਗੁਰੂ ਆ ਅੱਛਾ ਹੈ ਛੋਟਿਆ ਬਾਲਣ ਮੱਥਾ ਟੇਕਿਆ ਚਲੋ ਗੁਰੂ ਜੀ ਘਰ ਚਲੀਏ ਚਲੋ ਬਾਈ ਨਾਲ ਵਿਧੀ ਚੰਦ ਵਾ ਵਿਧੀ ਚੰਦ ਕਹਿੰਦਾ ਗੁਰੂ ਜੀ ਇਹ ਲੋਕ ਜਿਹੜੇ ਨੇ ਸਤਿਕਾਰ ਨਹੀਂ ਕਰਦੇ ਕਿਸੇ ਦਾ ਵਿਧੀ ਚੰਦਾ ਇਹਨਾਂ ਨੂੰ ਆਵਾਜ਼ ਮਾਰਨ ਕਿਸੇ ਨੂੰ ਇਹਨਾਂ ਕੋਣਾ ਨਹੀਂ ਕਿਸੇ ਨਾਲ ਅੱਛਾ ਇੱਦਾਂ ਦੇ ਬੰਦੇ ਆ ਰਾਤ ਰਹੇ ਦਿਨ ਚੜ੍ਹਿਆ ਗੁਰੂ ਜੀ ਮੇਰਾ ਅੰਤ ਸਮਾਂ ਆ ਗਿਆ ਮੇਰਾ ਸਸਵਾਰ ਨਹੀਂ ਨਾ ਕਿਸੇ ਕਰਨਾ ਹੁਣ ਤੁਸੀਂ ਆਏ ਹੋ ਮੇਰਾ ਸਸਵਾਰ ਤੁਸੀਂ ਕਰਕੇ ਜਾਣਾ ਉਹ ਭਾਈ ਤੂੰ ਸੱਦਿਆ ਸੀ ਤਾਂ ਅਸੀਂ ਆ ਗਏ ਹਾਂ ਤੂੰ ਸੱਦਿਆ ਸੀ ਨਾ ਅਸੀਂ ਆ ਗਏ ਹਾਂ ਵੇਖ ਲੈ ਉਹਦਾ ਸਸਵਾਰ ਗੁਰੂ ਨੇ ਕੀਤਾ ਜਿਹਨਾਂ ਨੂੰ ਤੋਕਾ ਨਾ ਪੂਰਾ ਗੁਰੂ ਉਹਨਾਂ ਨੂੰ ਹਰ ਚੀਜ਼ ਦਿੰਦਾ ਉਹਨਾਂ ਨੂੰ ਜੀ ਅਤੇ ਚਲੋ ਬਾਬਾ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਤੁਸੀਂ ਵਕਤ ਦਿੱਤਾ ਪਵਨ ਜੀ ਦਾ ਵੀ ਧੰਨਵਾਦ ਅਤੇ
फिर मिलांगे किते जी इदां ही चंगा तुहाडे नाल एक मुलाकात च गल्लां नहीं हो सकदियां अंदाजा मैं लगा लिया तुसीं ते गल्लां दा पूरा सागर हैं जी हरेक गल ते मिसाल आ हरेक गल ते कहानी आ अनुभव आ अपना कोई चलो बाबा जी फिर मिलांगे जी चंगा जी मेहरबानी।